1947 ਦੀ ਇੱਕ ਹੋਰ ਨਾ ਭੁੱਲਣ ਵਾਲੀ ਕਹਾਣੀ। ਇਹ ਕਿੱਸਾ ਸਾਨੂੰ ਦੱਸੇਗਾ ਕਿ ਬੰਦਾ ਹੀ ਬੰਦੇ ਦਾ ਮਾਰੂ ਤੇ ਬੰਦਾ ਹੀ ਬੰਦੇ ਦਾ ਦਾਰੂ ਏ। ਇੱਕ ਪਾਸੇ ਜਿੱਥੇ ਕੁਝ ਸ਼ੈਤਾਨ ਜਾਨ ਬਚਾਉਣ ਲਈ ਲੁਕੇ ਛੁਪੇ ਲੋਕਾਂ ਨੂੰ ਲੱਭ ਲੱਭ ਕੇ ਸ਼ਿਕਾਰ ਕਰ ਰਹੇ ਸੀ, ਉੱਥੇ ਮੁਕਤਸਰ ਦੇ ਲਾਗੇ ਪਿੰਡ ਕੌਣੀ ਦੇ ਸੱਜਣ ਸਿਉਂ ਤੇ ਉਹਨਾਂ ਦੀ ਘਰਵਾਲੀ ਨੇ ਫਰਿਸ਼ਤੇ ਬਣ ਕੇ ਰੱਬ ਦੀ ਮਖਲੂਕ ਦੀ ਇਮਦਾਦ ਕੀਤੀ। ਅੰਮਾ ਜੀ ਸਲਾਮਤ ਬੀਬੀ ਨੂੰ ਅੱਜ ਵੀ ਉਹ ਮੰਜ਼ਰ ਨਹੀਂ ਭੁੱਲਿਆ ਜਦ ਉਹਦੀ ਭੈਣਾਂ ਤੇ ਚਾਚੇ ਦੀ ਕੁੜੀ ਨੂੰ ਨਹਿਰ ਵਿੱਚ ਸੁੱਟਿਆ ਗਿਆ। ਤੇ ਇਸ ਤੋਂ ਅੱਡ ਇਸ ਆਪ ਬੀਤੀ ਵਿੱਚ ਬਹੁਤ ਸਾਰੀਆਂ ਉਹ ਗੱਲਾਂ ਨੇ ਜਿਨ੍ਹਾਂ ਦਾ ਜਾਣਨਾ ਸਾਡੇ ਲਈ ਤੇ ਪੰਜਾਬ ਧਰਤੀ ਦੇ ਰਹਿਣ ਵਾਲੇ ਹਰ ਬੰਦੇ ਲਈ ਜ਼ਰੂਰੀ ਹੈ। ਤੇ ਫਿਰ ਖੁਦ ਵੀ ਵੇਖੋ ਤੇ ਇਸ ਵੀਡੀਓ ਦਾ ਲਿੰਕ ਆਪਣੇ ਯਾਰਾਂ ਬੇਲੀਆਂ ਨਾਲ ਵੀ ਸ਼ੇਅਰ ਕਰੋ। ਤੁਹਾਨੂੰ ਤੂੜੀ ਵਾਲੇ ਘਰ ਬੰਦ ਕਰ ਕੋਠੇ ਵਿੱਚ ਤਾਲਾ ਲਾ ਤਾ। ਇਹ ਕਿਹੜੇ ਘਰ ਨੇ ਬੰਦ ਕੀਤਾ ਸੀ ਤੁਹਾਨੂੰ ਬਚਾਉਣ ਕੋਲ? ਸੱਜਣ ਸਿਉਂ ਕਿਆ ਨੇ? ਹਾਂਜੀ, ਉਹਦੀ ਬੀਵੀ ਨੇ ਬਚਾਇਆ। ਚਾਚੇ ਦੇ ਪੁੱਤਰ ਭਰਾ ਉਹ ਲੰਬਰਦਾਰ ਨੇ ਰੱਖ ਲਏ। ਲੰਬਰਦਾਰ ਦਾ ਇੱਕ ਬੱਚਾ, ਉਹ ਤਾਲਾ ਲਾ ਕੇ ਘਰੇ ਰੱਖ ਲਏ। ਪਹਿਲਾਂ ਸੀ ਉਹਨਾਂ ਦੇ ਨਾਲ ਕੰਮ ਕਰਦੇ, ਉਹ ਕਹਿੰਦੇ ਅਸੀਂ ਜਾਣਦੇ। ਖਾਂਦੇ ਕੀ ਸੀ ਪੁੱਤਰ? ਪੁੱਤਰ ਖਾਂਦੇ ਉਹ ਜਿਹੜੇ ਜਿਹੜਾ ਸੱਜਣ ਸਿਉਂ ਸੀ ਨਾ, ਉਹ ਸਾਨੂੰ ਰਾਸ਼ਨ ਪਾਣੀ ਲੁੱਕ ਕੇ ਆਪਦੇ ਭਰਾ ਤੋਂ ਕਮਾ ਕੇ ਅਸੀਂ ਚਲੇ ਜਾਣਾ 12 ਵਜੇ। ਅਤੇ ਉਹਨੇ ਕਹਿਣਾ ਗੰਨੇ ਨਾ ਭੰਨੋ। ਉਹ ਬਈ ਮੈਂ ਆਵਾਜ਼ ਮਾਮੀ ਸਾਨੂੰ ਕਿਹਾ ਸੀ ਮੇਰੇ ਤੋਂ, ਤੁਸੀਂ ਆ ਕੇ ਰਾਸ਼ਨ ਪਾਣੀ ਲੈ ਗਏ ਖਾਲੇ 'ਤੇ ਖੜੋ ਕੇ। ਅਤੇ ਕੋਲੇ ਨਹਿਰ ਸੀ ਖਾਲਾ ਸੀ ਜਿਹਦੇ 'ਚ ਅਸੀਂ ਬੱਚੀਆਂ ਸੁੱਟੀਆਂ, ਉੱਥੋਂ ਅਸੀਂ ਪਾਣੀ ਪੀ ਲੈਣਾ। ਕਮਾਦਾਂ ਹੀ ਅਤੇ ਰੁੱਖਾਂ 'ਚ ਅਤੇ ਰੁੱਖਾਂ 'ਤੇ ਰਹੇ ਸੀ। ਅਤੇ 25 ਦਿਨ ਤੁਹਾਨੂੰ ਸੱਜਣ ਸਿਉਂ ਖਾਣ ਪੀਣ ਦਾ ਸਮਾਨ ਦਿੰਦਾ ਰਿਹਾ? ਪਜੀਰੀ ਕਰ ਦੇਣੀ, ਟਿਕੜੇ ਕਰ ਦੇਣੇ, ਮਿੱਠੀਆਂ ਰੋਟੀਆਂ ਇੰਨਾ ਨੂੰ ਬੰਨ ਕੇ ਸਾਨੂੰ ਦੇ, ਅਸੀਂ ਇੱਥੋਂ ਤੱਕ ਖਾ ਲਿਆ। ਉਹ ਬਣਦੇ ਹੇਠਾਂ ਲੱਭ ਲੱਭ ਕੇ ਸ਼ਹੀਦ ਕਰਨ ਘੋੜਿਆਂ ਵਾਲੇ, 2 ਘੋੜੇ 2 ਬੰਦੇ ਸਵਾਰ, 4 ਜਣ। ਤਾਂ ਕਹਿਣ ਲੱਗੇ ਅੱਜ ਮੁਸਲੇ ਨਹੀਂ ਲੱਭੇ, ਅੱਜ ਵਿਹਲੇ ਜਾਵਾਂਗੇ। ਉੱਤੇ ਅਸੀਂ ਬੈਠੇ। ਅੰਮਾ ਜੀ ਤੁਹਾਡੀਆਂ ਆਪਣੀਆਂ ਭੈਣਾਂ ਵੀ ਇਸੇ ਤਰ੍ਹਾਂ ਉੱਥੇ ਸੱਟੀਆਂ? ਹਾਂ, ਨਹਿਰ ਦੇ ਵਿੱਚ। ਨਹਿਰ ਦੇ ਵਿੱਚ? ਹਾਂ, ਉਹ ਸ਼ਹਿਰੋਂ ਨਹਿਰ ਆਉਂਦੀ ਸੀ ਮੁਕਤਸਰ, ਰੋਪੜ ਨਹਿਰ। ਹਾਂ ਹਾਂ ਹਾਂ। ਅਤੇ ਉਹਦੇ ਸਿੱਟੀਆਂ ਇੱਥੋਂ ਲਾ ਕੇ, ਆਹ ਜਿਹੜੇ ਮਕਾਨ ਇਹ ਵੀ ਲੰਘ ਜਾਂਦੇ। ਨਾਨੀ ਅੰਮਾ ਨੇ ਸਵਰਗੀ ਵੇਲੇ ਛਾਲ ਮਾਰੀ, ਸਵਰਗੀ ਵੇਲੇ ਮੇਰੀਆਂ ਭੈਣਾਂ 2 ਸਿੱਟੇ। ਮੈਂ ਇਕੱਲੀ ਰਹਿ ਗਈ, 6 ਭੈਣਾਂ ਸੀ। ਭੈਣਾਂ ਯਾਦ ਆਉਂਦੀਆਂ? ਭੈਣਾਂ ਯਾਦ ਆਉਂਦੀਆਂ। ਐਡੇ ਗੋਲੇ ਅੰਨੀ ਹੈ, ਮੈਨੂੰ ਸੁਣ ਦਿੰਦੀ, ਮੈਨੂੰ ਕੋਈ ਰੱਖਿਆ, ਮੈਂ ਮਰ ਜਾਂਦੀ, ਡੁੱਬ ਜਾਂਦੀ। ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ, ਔਰ ਅੱਜ ਅਸੀਂ ਬੈਠੇ ਹਾਂ ਜੀ ਚੱਕ ਨੰਬਰ 19EB ਤਹਿਸੀਲ ਆਰਫ ਵਾਲਾ, ਜ਼ਿਲ੍ਹਾ ਪਾਕਪਤਨ ਦੇ ਵਿੱਚ। ਇੱਥੇ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ 1947 ਵਿੱਚ ਹਿਜਰਤ ਕੀਤੀ, ਔਰ ਉਸ ਹਿਜਰਤ ਦੇ ਵਿੱਚ ਇਹਨਾਂ ਨੇ ਕੀ ਕੁਝ ਵੇਖਿਆ, ਕੀ ਕੁਝ ਆਪਣੇ ਜੁੱਸੇ ਅਤੇ ਰੂਹ 'ਤੇ ਹੰਡਾਇਆ, ਕੀ ਕੁਝ ਇਹਨਾਂ ਨੇ ਆਪਣੀ ਕੰਨੀ ਸੁਣਿਆ, ਆਓ ਇਹਨਾਂ ਦੀ ਜ਼ੁਬਾਨੀ ਸੁਣਨੇ ਹਾਂ ਅਤੇ ਜਾਣਨੇ ਹਾਂ ਉਹਨਾਂ ਹਾਲਾਤਾਂ ਨੂੰ ਜਿਹੜੇ ਪੰਜਾਬ ਦੇ ਲੋਕਾਂ ਨੇ 1947 ਵਿੱਚ ਵੇਖੇ। ਅੰਮਾ ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਸਲਾਮਤੇ। ਸਲਾਮਤੇ? ਹਾਂਜੀ। ਸਲਾਮਤ ਬੀਬੀ ਹੋਇਆ ਨਾ? ਹਾਂਜੀ ਹਾਂਜੀ, ਸਲਾਮਤ ਬੀਬੀ। ਅੰਮਾ ਜੀ ਤੁਹਾਡੇ ਬਾਪੂ ਦਾ ਕੀ ਨਾਂ ਸੀ? ਅਲੀ ਮੁਹੰਮਦ। ਅਲੀ ਮੁਹੰਮਦ? ਹਾਂ। ਅਤੇ ਆਪਣੀ ਕਿਹੜੀ ਬਰਾਦਰੀ? ਨਸਾਰੀ। ਅੰਮਾ ਜੀ ਆਪਣਾ ਪਿਛਲਾ ਪਿੰਡ ਕਿਹੜਾ ਸੀ? ਕੌਣੀ। ਕੌਣੀ? ਹਾਂ। ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ ਸੀ? ਇਹ ਫਿਰੋਜ਼ਪੁਰ ਦੇ ਜ਼ਿਲ੍ਹੇ। ਫਿਰੋਜ਼ਪੁਰ ਦੇ ਵਿੱਚ? ਹਾਂਜੀ। ਲਾਗੇ ਤੁਹਾਡੇ ਸ਼ਹਿਰ ਕਿਹੜਾ ਲੱਗਦਾ ਸੀ? ਮੁਕਤਸਰ। ਮੁਕਤਸਰ? ਹਾਂਜੀ। ਇਹ ਬੰਗਲਾ ਫਾਜ਼ਲ ਵੀ ਨੇੜੇ ਸੀ ਤੁਹਾਡੇ? ਦਰਮਿਆਨ 'ਚ ਸੀ, ਇੱਧਰ ਅਤੇ ਉੱਧਰ। ਅੱਛਾ, ਤੁਸੀਂ ਮੁਕਤਸਰ ਦੇ ਅਤੇ ਬੰਗਲਾ ਫਾਜ਼ਲ ਦੇ ਦਰਮਿਆਨ ਵਿੱਚ ਬੈਠੇ ਸੀ? ਹਾਂ ਹਾਂ। ਅੱਛਾ ਅੰਮਾ ਜੀ ਇਹ ਦੱਸੋ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਵੀ ਤੁਹਾਨੂੰ ਯਾਦ ਹੈ? ਹਾਂਜੀ।
ਦੱਸੋ ਸਾਨੂੰ ਧੂੜਕੋਟ ਅੱਛਾ ਫਿਰ ਆਪਣਾ ਬੁੱਟਰ ਹਾਂ ਫਿਰ ਕਲਾਸ ਅੱਛਾ ਫਿਰ ਜਿਹੜਾ ਤੁਹਾਡਾ ਪਿੰਡ ਕੌਣੀ ਸੀ ਹਾਂਜੀ ਇਹਦੇ ਵਿੱਚ ਮੁਸਲਮਾਨ ਹੀ ਬੈਠੇ ਸੀ ਜਾਂ ਸਿੱਖ ਹਿੰਦੂ ਵੀ ਹੈ ਸੀ ਸਿੱਖ ਬੜਾ 70,000 ਰਕਬਾ ਹਰਨਗਰ ਪਿੰਡ 70,000 ਲਾਂਬੇ ਬਸਤੀਆਂ ਤੋਂ ਬਾਅਦ ਬਾਅਦ ਐਡਾ ਪਿੰਡ ਸੀ ਬੜਾ ਵੱਡਾ ਪਿੰਡ ਸੀ ਕੌਣੀ ਬੜਾ ਡਬਲ ਅੱਛਾ ਇਹਨੇ ਕਈ ਮੁਰੱਬੇ ਰਕਬਾ ਸੀ ਬੜਾ ਅੱਛਾ ਇਹ ਦੱਸੋ ਵੀ ਇਹਦੇ 'ਚ ਮੁਸਲਮਾਨ ਹੀ ਵੱਸਦੇ ਸੀ ਜਾਂ ਹਿੰਦੂ ਸਿੱਖ ਵੀ ਹੈ ਸੀ ਹਿੰਦੂ ਜ਼ਿਆਦਾ ਸੀ ਮੁਸਲਮਾਨ ਥੋੜ੍ਹੇ ਸੀ ਥੋੜ੍ਹੇ ਘੱਟ ਮੁਸਲਮਾਨਾਂ ਦੀਆਂ ਕਿਹੜੀ ਕਿਹੜੀ ਬਰਾਦਰੀਆਂ ਬੈਠੀਆਂ ਸੀ ਉੱਥੇ ਉੱਥੇ ਬੈਠੇ ਸੀ ਨਸਾਰੀ ਪੇਲੀ ਫਕੀਰ ਹਾਂ ਹਾਂ ਫਿਰ ਆਪਣਾ ਮਰਾਸੀ ਹਾਂ ਇਹ ਜਿਹੀਆਂ ਜਾਤਾਂ ਬੈਠੀਆਂ ਕਾਰੀਗਰ ਘਰ ਜ਼ਿਆਦਾ ਸੀ ਕਾਰੀਗਰਾਂ ਕਰਨ ਵਾਲੇ ਹਾਂ ਠੀਕ ਹੈ ਕਾਰੀਗਰ ਮੇਰੇ ਅੱਬੂ ਹਰੀ ਵਾਹੀ ਕਰਦੇ ਸੀ ਅੱਛਾ ਲੋਕ ਨਾਲ ਮਰਾਸੀ ਆਪਣਾ ਕੰਮ ਕਰਦੇ ਸੀ ਮਾਛੀ ਪਾਣੀ ਭਰਦੇ ਸੀ ਜੋ ਆਪਣਾ ਕਾਰੋਬਾਰ ਉਹ ਕਰ ਰਹੇ ਸੀ ਉਦੋਂ ਘਰਾਂ ਵਿੱਚ ਪਾਣੀ ਮਾਛੀ ਭਰ ਕੇ ਦੇ ਕੇ ਜਾਂਦੇ ਸੀ ਹਾਂ ਘਰਾਂ 'ਚ ਪਾਣੀ ਭਰਦੇ ਸੀ ਇੱਕ ਪਾਸੇ ਸਿੱਖ ਬੁੜੀਆਂ ਭਰਦੀਆਂ ਸੀ ਜਿੰਨਾ ਉੱਥੋਂ ਭਰਨਾ ਅਤੇ ਜਿੱਥੇ ਮੁਸਲਮਾਨ ਸੀ ਉਹ ਇਹ ਵੱਖਰੇ ਦੋ ਭਰਦੇ ਸੀ ਪਿੰਡ ਵਿੱਚ ਖੂਹ ਹੈ ਸੀ ਖੂਹ ਤੋਂ ਭਰਦੇ ਸੀ ਹਾਂ ਖੂਹ ਤੋਂ ਵਾ 106 ਦੀਆਂ ਲਾਸ ਲੱਸਾ ਪੈਂਦਾ ਸੀ ਸੰਗਲ ਐਡਾ ਬੋਕਾ ਸੀ ਅੱਛਾ ਝੋਟਾ ਜੋਗਦਾ ਹੁੰਦਾ ਸੀ ਬੜਾ ਡੂੰਘਾ ਪਾਣੀ ਸੀ ਬੜਾ ਡੂੰਘਾ ਪਾਣੀ ਸੀ ਇਹ ਜਿਹੜਾ ਮਾਛੀ ਸੀ ਹਾਂ ਜਿਹੜਾ ਪਿੰਡ ਦਾ ਪਾਣੀ ਦਿੰਦਾ ਸੀ ਹਾਂਜੀ ਮੁਸਲਮਾਨਾਂ ਦੇ ਸਿੱਖਾਂ ਦੇ ਘਰਾਂ 'ਚ ਇੱਕੋ ਹੀ ਬੰਦਾ ਦਿੰਦਾ ਸੀ ਜਾਂ ਉਹਨਾਂ ਦਾ ਹੋਰ ਮਾਛੀ ਸੀ ਤੁਹਾਡਾ ਹੋਰ ਸੀ ਨਹੀਂ ਇੱਕੋ ਹੀ ਇੱਕੋ ਹੀ ਬੰਦਾ ਇੱਕੋ ਹੀ ਮੁਸਲਮਾਨਾਂ ਦੇ ਸਾਡੇ ਐਂ ਬੈਠੇ ਜਿਵੇਂ ਭੈਣ ਭਰਾ ਆਪਣੇ ਸੱਤੇ ਬੈਠੇ ਅਸੀਂ ਚਾਹ ਪੀਂਦੇ ਸੀ ਅੱਬੇ ਹੋਰੀ ਸਾਡੀ ਬਿਆਦਰੀ ਪਾਸਣ ਲਿਆ ਕੇ ਸਿੱਖ ਉਹ ਫਿਰ ਘੇਰਾ ਪਾ ਲਿਆ ਸ਼ਹੀਦ ਕਰਦੇ ਘਰ 'ਚ ਅੱਛਾ ਉਹ ਆਪਾਂ ਗੱਲ ਕਰਨੇ ਹਾਂ ਹਾਂ ਪਹਿਲੇ ਸਾਨੂੰ ਇਹ ਦੱਸੋ ਜਿਹੜੇ ਤੁਹਾਡੇ ਪਿੰਡ ਬੈਠੇ ਸੀ ਸਿੱਖ ਹਾਂਜੀ ਹਾਂ ਹਿੰਦੂ ਹਾਂਜੀ ਹਾਂ ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਹੈ ਤੁਹਾਨੂੰ ਇੱਕ ਦਾ ਨਾਂ ਯਾਦ ਕੀ ਇੱਕ ਦਿਨ ਸਾਜਣ ਸਿਓ ਇੱਕ ਦੇ ਨਾਂ ਮੁਖਤਾਰ ਮੁਖਤਾਰ ਸਿਓ ਹਾਂ ਆਹੋ ਮੁਖਤਾਰ ਸਿਓ ਹੈਂ ਇੱਕ ਦੋ ਮੈਂ ਬਚਪੁਣੀ ਸੀ ਛੋਟੀ ਠੀਕ ਹੈ ਠੀਕ ਹਾਂ ਇਹ ਦੱਸੋ ਉਹਨਾਂ ਦੀਆਂ ਕੁੜੀਆਂ ਤੁਹਾਡੇ ਨਾਲ ਖੇਡਦੀਆਂ ਖੁੱਡਦੀਆਂ ਸੀ ਹਾਂ ਮੁਖਤਾਰ ਜਿਹੜੀ ਸੀ ਮੁਖਤਾਰ ਸੀ ਉਹਦੀ ਸ਼ਾਦੀ ਨਹੀਂ ਸੀ ਹੋਈ ਉਹ ਸਾਡੇ ਘਰਾਂ ਦਾ ਖਾ ਪੀ ਲੈਂਦੇ ਸੀ ਹਾਂ ਈਦ ਪਈ ਆ ਚੱਲ ਲੁੱਟੀ ਪੈ ਗਈ ਮੇਰੀ ਮਾਂ ਨੇ ਇੱਥੇ ਖਵਾਈਆਂ ਸਹੇਲੀਆਂ ਠੀਕ ਹੈ ਤੁਹਾਡੇ ਘਰਾਂ ਦਾ ਖਾ ਲੈਂਦੇ ਸੀ ਹਾਂ ਖਾ ਉਹਨਾਂ ਦੀਆਂ ਕੁੜੀਆਂ ਜਿਹੜੀਆਂ ਤੁਹਾਡੀ ਸਹੇਲੀਆਂ ਸੀ ਹਾਂ ਹਾਂ ਬਣੀਆਂ ਉਹਨਾਂ 'ਚੋਂ ਕਿਸੇ ਨਾਂ ਯਾਦ ਹੈ ਆਪਣੀ ਸਹੇਲੀ ਦਾ ਨਹੀਂ ਨਹੀਂ ਬਚਪਨ ਕਿੰਨੀਆਂ ਧੀਆਂ ਸੀ ਉਹ ਵੈਸੇ ਇਹ ਪਤਾ ਕੋਈ ਉਹ ਸੱਜਣ ਦੀਆਂ ਧੀਆਂ ਹਾਂ ਸੱਜਣ ਸਿਓ ਦੀਆਂ ਹਾਂ ਜਮੇਰ ਕੌਰ ਉਹਦੇ ਨਾਂ ਸੀ ਬਿਨਾਂ ਨੇ ਅਸੀਂ ਘਰੇ ਰਹੇ ਉਹਨਾਂ ਨੇ ਜਾਣਾ ਜਮੇਰ ਕੌਰ ਅੱਛਾ ਅੱਛਾ ਹਾਂ ਤੀਵੀਂ ਦੇ ਨਾਂ ਸੀ ਬੁੜੀ ਦੇ ਅੱਛਾ ਉਹਦੀ ਬੇਗਮ ਦੇ ਨਾਂ ਸੀ ਅੱਛਾ 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 ਸੱਜਣ ਉਹਦੇ ਨੀਵੇਂ ਨਾਂ ਸੀ ਸੱਜਣ ਸਿਓ ਹਾਂ ਠੀਕ ਹੈ ਕੌਣੀ ਪਿੰਡ ਦਾ ਹਾਂਜੀ ਅੱਛਾ ਇਹ ਦੱਸੋ ਇੱਕ ਦੂਜੇ ਦੇ ਵਿਆਹਾਂ 'ਤੇ ਆਉਣ ਜਾਣ ਹੈ ਸੀ ਹਾਂਜੀ ਹਾਂ ਅਤੇ ਬਰਤੌਰਾ ਸੀ ਉਹਦੇ ਭਾਈ ਨਾਲ ਸੱਜਣ ਦੇ ਭਾਈ ਨਾਲ ਇੱਦਾਂ ਆਹ ਜਿਵੇਂ ਸਾਡਾ ਪਿਆ ਆਹ ਮੇਰੇ ਛੋਟੇ ਬੇਟੇ ਦਾ ਵੱਡੇ ਦਾ ਇੱਦਾਂ ਘਰ ਸੀ ਉਹ ਸਾਡੇ 'ਤੇ ਬਰਖਲਾਸ ਉਹ ਕਹਿੰਦੇ ਸੀ ਇਹਨਾਂ ਦਾ ਬੱਚਾ ਨਹੀਂ ਰਹਿਣ ਦੇਣਾ ਸ਼ਹੀਦ ਕਰ ਦੇਣਾ ਇਹ ਮੇਰੇ ਭਾਈ ਦੇ ਘਰ ਮੱਝ ਬੰਨੀ ਸੋਨਾ ਦਿੱਤਾ ਹਰ ਇੱਕ ਸ਼ੈ ਦਿੱਤੀ ਉਹਦੇ 'ਤੇ ਚੋਰੀ ਹੈ ਸੀ ਅੱਛਾ ਬਹੁਤ ਗਰਦ ਪਿਆ ਸੀ ਅਲਾਮਾ ਬਿਲਕੁਲ ਬਿਲਕੁਲ ਅਲਾਮਾ ਮਾਸੀ ਸਾਡੇ ਪਿੰਡ ਦੀ ਸੀ ਢਾ ਕੇ ਸਿੱਖਾਂ ਨਾਲ ਕਈਆਂ ਕੁਰਾਨ ਸਿਰ 'ਤੇ ਵਿੱਚ ਐਡਾ ਮੀਂਹ ਪਈ ਜਾਏ ਐਡਾ ਨਾਗ ਸੱਪ ਨੇ ਵਿੱਚੋਂ ਨਿਕਲਿਆ ਉਹਨਾਂ ਨੇ ਫਰਿਸ਼ਤਾ ਭੇਜਿਆ ਅੱਲਾ ਪਾਕ ਨੇ ਉਹ ਐਂ ਕਰੇ ਉਹ ਕਹਿੰਦੇ ਮੁਸਲਮਾਨਾਂ ਦਾ ਵਧੇਰਾ ਨਿਕਲਿਆ ਭਾਜੋ ਹਾਂ ਠੀਕ ਹੈ ਹਾਂ ਠੀਕ ਹੈ ਬੜੀ ਅੱਗ ਲੱਗੀ ਸੀ ਕਹਿਰ ਸੀ ਕਹਿ ਜਿੱਥੇ ਆ ਕਹਿੰਦੇ ਘਰ ਮੁਸਲਮਾਨਾਂ ਦੇ 1,000 ਹੋਵੇ ਸਿੱਖਾਂ ਦੇ ਅਤੇ ਦੋ ਭੈਣਾਂ ਸਾਡੀਆਂ ਉਹ ਫੁੱਟੀਆਂ ਲੈ ਗਏ
ਦੋ ਚਾਚੇ ਉੱਥੇ ਬਹਿ ਗਏ ਆਪਦੇ ਘਰ। ਤੁਹਾਡੀਆਂ? ਮੇਰੀ ਫੁੱਫੀ ਦਿਨ ਪਾਏ 12, ਇੱਕ ਮੇਰੀ ਫੁੱਫੀ ਦੇ 6 ਮਹੀਨੇ ਛੱਡੀ, ਮੇਰੀ ਅੰਮੀ ਨੇ ਹੱਥੀ ਤੋੜੀਆਂ। ਹਾਂ, ਦੋ ਬੇਟੀਆਂ ਮੇਰੀਆਂ ਭੈਣਾਂ, ਨਾਨੀ ਅੰਮਾ ਗਿਰਪੀ ਸੀ ਮਹਿਲ ਵਿੱਚ, ਉਹ ਸਬੂਤੀ ਆ ਗਈ ਅਤੇ ਉਹ ਫੌਤ ਹੋ ਗਈ। ਅੱਛਾ, ਇਹ ਦੱਸੋ ਜਿਹੜੀਆਂ ਤੁਹਾਡੀਆਂ ਫੁੱਫੀਆਂ ਸਨ ਦੋ, ਹਾਂਜੀ, ਉਹ ਲੈ ਗਏ ਸੀ ਚੁੱਕ ਕੇ? ਲੈ ਗਏ ਘਰੋਂ, ਹੱਥੀ ਤੋਰੀਆਂ ਅਸੀਂ, ਹੱਥਾਂ ਨਾਲ ਤੋਰੀਆਂ ਅੰਮੀ ਨੇ। ਜਾ ਕਿਉਂ? ਉਹ ਸਿੱਖ ਲੈਣ ਆਏ ਸੀ, ਜਿਵੇਂ ਇੱਥੋਂ ਅਸੀਂ ਬੈਠੇ, ਕੰਧਾ ਘੱਲੋ ਸਾਡੇ ਨਾਲ ਲੈ ਜਾਂਦੇ ਸੀ ਸਿੱਖ। ਕੀ ਨਾਂ ਸੀ ਉਹਨਾਂ ਦੋ ਫੁੱਫੀਆਂ ਦਾ? ਉਹਦੇ ਨਾਲ ਇੱਕ ਨਵਾਬ ਬੀਬੀ ਸੀ, ਇੱਕ ਦਿਨ ਕਰੀਮਾ ਸੀ। ਜਿਸਲੇ ਗਦਰ ਪਿਆ ਹੈ, ਹਾਂਜੀ, ਉਹ ਚੁੱਕਣ ਆ ਗਿਆ ਸੀ ਕੁੜੀਆਂ ਨੂੰ? ਹਾਂ ਲੈ, ਹਾਂ ਹਾਂ ਲੈਣ ਆ ਗਈ। ਤੇ ਨਵਾਬ ਬੀਬੀ ਤੇ ਕਰੀਮਾ ਨੂੰ ਲੈ ਗਏ ਨਾਲ? ਹਾਂ ਲੈ ਗਏ। ਇਹ ਦੋਵੇਂ ਤੁਹਾਡੀਆਂ ਫੁੱਫੀਆਂ ਸੀ? ਫੁੱਫੀਆਂ ਸੀ, ਮੇਰੇ ਅੱਬੂ ਦੀਆਂ ਤਾਏ ਦੀਆਂ ਧੀਆਂ ਭੈਣਾਂ ਵਿੱਚ ਰਹਿਣ ਵਾਲੇ, ਸਭ ਕੇ ਆਪਣੇ ਸੀ। ਅੱਛਾ, ਲੈ ਗਏ ਮੇਰੇ ਅੱਬੂ ਨਾਲ ਸੀ, ਬਾਪੂ ਜੀ ਕਹਿੰਦੇ ਸੀ ਇੱਧਰ, ਅਸੀਂ ਮਾਸਾਂ ਜ਼ਬਾਨ ਤੋਂ ਲਾਇਆ ਤੋਂ ਉੱਧਰ ਜੁੜਿਆ, ਜਿਵੇਂ ਸਿੱਖਾਂ ਦੇ ਬੱਚੇ ਕਹਿੰਦੇ ਸੀ ਉਵੇਂ ਫਿਰ ਅਸੀਂ ਮੁਸਲਮਾਨ, ਬਾਪੂ ਹੀ ਅਸੀਂ ਕਹਿੰਦੇ ਸੀ। ਮੇਰੇ ਅੱਬੂ ਨਾਲ ਸੀ ਅਲੀ ਮੁਹੰਮਦ, ਅਲੀ ਮੁਹੰਮਦ, ਹਾਂ। ਦਾਦੇ ਮੇਰੇ ਨਾਲ ਸੀ ਮੁਹੰਮਦੀਨ, ਮੁਹੰਮਦੀਨ, ਹਾਂ, ਠੀਕ ਹੈ। ਉਹ ਨਵਾਬ ਬੀਬੀ ਅਤੇ ਕਰੀਮਾ ਬੀਬੀ, ਹਾਂ, ਇਹਨਾਂ ਦਾ ਬਾਅਦ 'ਚ ਕੋਈ ਪਤਾ ਲੱਗਿਆ ਵੀ ਕਿੱਥੇ? ਖੁਦਾ ਪਤਾ, ਪਤਾ ਨਹੀਂ ਕਿੱਧਰ ਗਈ, ਲੈ ਗਏ ਆਪਣੇ ਘਰ। ਇਹ ਜਿਹੜੇ ਲੈਣ ਆਏ ਸੀ ਸਿੱਖ, ਹਾਂਜੀ, ਉਹ ਤੁਹਾਡੇ ਪਿੰਡ ਕੌਣੀ ਦੇ ਸੀ ਜਾਂ ਪਾਸੋਂ ਆਏ ਸੀ? ਨਹੀਂ, ਉਹਨਾਂ ਨੇ ਜਿਹੜੇ ਸਾਡੇ ਪਿੰਡ ਦੇ ਗੁਆਂਢੀ ਸੀ ਨਾ, ਉਹਨਾਂ ਨੇ ਪਾਸੇ ਮੰਗਵਾਏ ਸੀ, ਪਾਸਿਓ ਮੰਗਵਾਏ ਸੀ, ਹਾਂਜੀ। ਘੇਰਾ ਵੀ ਸਾਡੇ ਚਾਹ ਪੀਂਦਿਆਂ ਦੇ ਪਾਸੇ ਮੰਗਵਾਏ ਸੀ ਬੰਦੇ। ਅੱਛਾ, ਤੁਸੀਂ ਘਰ 'ਚ ਬੈਠੇ ਚਾਹ ਪੀਂਦੇ ਪਏ ਸੀ? ਹਾਂ, ਅੱਬੂ ਵੀ ਪੀਂਦਾ ਸੀ ਅਤੇ ਅੱਬੂ ਤਾਂ ਫਿਰ ਨੱਠ ਗਿਆ, ਅਸੀਂ ਇੱਦਾਂ ਬੈਠੇ ਸਿੱਖਾਂ ਦੇ ਘਰ, ਅੱਬੂ ਉਹਨਾਂ ਦੇ ਘਰ ਚਲਾ ਗਿਆ। ਉਹ ਜਿਹੜੇ ਸਾਡੇ ਆਪਣੇ ਸੀ ਉਹ ਕਹਿੰਦੇ ਬਹਿ ਜਾ ਬਹਿ ਜਾ, ਉਹ ਕਹਿੰਦਾ ਆ ਬੰਦੇ ਗਏ ਨੇ ਆਪਣੇ ਵੱਲ ਪਾ ਦਿਓ, ਕਹਿੰਦਾ ਕੁਛ ਨਹੀਂ ਕਹਿੰਦੇ। ਉਹ ਪੌੜੀ ਲੱਥਾ ਘਰ ਗਿਆ ਸਾਡੇ ਕੋਲ, ਸਿੱਖਾਂ ਦੀ ਬੁੜੀ ਰੋਟੀ ਪਾਉਂਦੇ, ਕਹਿੰਦੀ ਨੱਠ ਜਾ, ਕੁੰਜੀ ਲਾ ਕੇ ਸਾਨੂੰ ਪੂੜੀ ਵਾਲੇ ਅੰਦਰ ਬੰਦ ਕਰਤਾ, ਅੰਮਾ ਨਾਨੀ ਨੂੰ, ਮੈਨੂੰ, ਅੰਮੀ ਨੂੰ, ਤਿੰਨਾਂ ਦਿਨ ਤੁਹਾਨੂੰ ਤੂੜੀ ਵਾਲੇ ਘਰ ਬੰਦ ਕਰ? ਹਾਂ, ਬੰਦ ਕੋਠੇ ਵਿੱਚ ਤਾਲਾ ਲਾ ਤਾ। ਇਹ ਕਿਹੜੇ ਘਰ ਨੇ ਬੰਦ ਕੀਤਾ ਸੀ ਤੁਹਾਨੂੰ ਬਚਾਉਣ? ਸੱਜਣ ਸਿਉਂ ਕਿਆ ਨੇ? ਹਾਂਜੀ, ਉਹਦੀ ਬੀਵੀ ਨੇ ਬਚਾਇਆ, ਉਹਦੀ ਬੀਵੀ ਨੇ ਬਚਾਇਆ, ਹਾਂਜੀ। ਉਹ ਮਰਬੇ ਗਿਆ ਸੀ, ਮਰਬੇ ਦਾ ਮਾਲਕ ਸੀ। ਅੱਛਾ, ਸਿੱਖਾਂ ਨੇ? ਅੱਛਾ ਅੱਛਾ, ਸਾਡੀ ਵਾਹਵਾ ਬਣੀ ਸੀ, ਆਪਣੀ ਨਵਾਈ ਕੀਤੀ ਸੀ। ਤੁਹਾਡਾ ਗੁਆਂਢੀ ਵੀ ਸੀ? ਹਾਂ ਹਾਂ ਹਾਂ, ਕਰਤਾ ਸੀ ਫੜਕਣਾ ਤੇ ਬਣੀ ਸਾਡੀ ਆ। ਤੇ ਬਾਕੀ ਹਮਲਾ ਕਰਨ ਵਾਲੇ ਜਿਹੜੇ ਸੀ ਉਹ ਤੁਹਾਡੇ ਘਰ ਵੜ ਗਏ ਜਾ ਕੇ? ਉਹ ਘਰੇ ਆ ਕੇ ਚਾਹ ਪੀਂਦੇ ਸੁਬਾਹ ਜਦੋਂ ਨਾਸ਼ਤਾ ਕਰੀਦਾ, ਉਹਨਾਂ ਨੇ ਪਾਸੇ ਮੰਗਵਾਏ, ਆਂਢੀਆਂ ਗੁਆਂਢੀਆਂ ਨੇ ਜਿਵੇਂ ਆਪਣੇ ਚਾਹ ਚੱਕੋ ਬੰਦੇ ਮੰਗਵਾਏ, ਆਪਣਾ ਬੰਦੂਕਾਂ ਲੈ ਕੇ ਸਾਨੂੰ ਸੰਗਤ ਇੱਧਰ ਪਸਤਾਓ, ਸ਼ਹੀਦ ਕਰਨ ਵਾਸਤੇ ਮੁਸਲਮਾਨ ਨੇ। ਉੱਥੇ ਮੁਸਲਮਾਨ ਮਾਰੇ ਵੀ ਉਹਨਾਂ ਨੇ ਕੋਈ? ਹਾਂ, ਘਰ 'ਚ ਮਾਰੇ ਆ ਚਾਹ ਪੀਂਦਿਆਂ ਦੇ। ਤੁਹਾਡੇ ਘਰ ਦੇ ਕਿੰਨੇ ਜੀ ਸ਼ਹੀਦ ਹੋ ਗਏ ਸੀ? ਸਾਡੇ ਆਪਣੀ ਬਿਆਦਰੀ ਦੇ ਵਾਹਵਾ ਸੀ, 1500 ਘਰ ਬੈਠੇ ਚਾਹ ਪੀਤੇ ਬੰਦੇ ਬੁੜੀਆਂ ਸਿਆਣੇ ਸਿਆਣੇ ਸੀ। ਇੱਕ ਅੰਮਾ ਸੀ ਸਾਡੀ ਦਾਦੀ, ਉਹ ਅੰਦਰ ਛਿਪ ਗਈ, ਉਹ ਫਿਰ ਨਿਕਲੀ ਸਿੱਖਾਂ ਦੇ ਜਾਗ ਦੀ, ਆਪਦੀ ਮਾਂ ਹੁੰਦੀ ਮਾਂ ਆਹ ਆਹ ਕੋਲੇ ਜਿਹੜੇ ਸਾਡੇ ਮਾਪੇ। ਅੱਛਾ, ਉਹ ਫਿਰ ਇੱਧਰ ਜਿੰਦੀ ਆ ਗਈ, ਨਾਨੀ ਅੰਮਾ ਵੀ ਮੇਰੀ ਜਿੰਦੀ ਆ ਗਈ, ਡੁੱਬੀ ਨਹੀਂ ਪਾਣੀ ਵਿੱਚ, ਨਹਿਰ ਸੀ, ਉਹ ਇੱਧਰ ਆ ਕੇ ਫੌਤ ਹੋਈ ਇੱਥੇ ਰੰਗ ਛਾ ਤੇਰੀ ਵੀ ਨਹੀਂ ਉੱਥੇ ਜਾ। ਅੱਛਾ, ਹਾਂ ਅੰਮਾ ਜੀ, ਇਹ ਦੱਸੋ ਜਿਸਲੇ ਹਮਲਾ ਹੋਇਆ, ਹਾਂਜੀ, ਉਸ ਵੇਲੇ ਜਿਹੜੇ ਤੁਹਾਡੇ ਘਰ ਦੇ ਲੱਗਦੇ ਲੀਂਦੇ ਤੁਹਾਡੇ ਆਪਣੇ ਸ਼ਹੀਦ ਹੋਏ, ਹਾਂਜੀ, ਉਹ ਕੌਣ ਕੌਣ ਸੀ? ਉਹ ਤੁਹਾਡੇ ਭਾਈਆਂ ਚੋਂ? ਉਹ ਸਾਡੇ ਆਪਣੇ ਸੀ, ਅਸ਼ਮ ਦੇ ਬੀਬੀ ਸੀ, ਕਰਨ ਬੀਬੀ ਸੀ, ਹੈਂ, ਅਤੇ ਉਹ ਨੂਰ ਭਰੀ ਸੀ, ਹੈਂ, ਅਤੇ ਆਪਣਾ ਜੀਮਾ ਸੀ, ਇਹਦੇ ਨਾਂ ਰੱਖੇ ਸੀ, ਰਹਿਣ 'ਤੇ ਸੀ, ਅਤੇ ਉਹ ਫਿਰ ਗੱਡੇ ਭਰ ਕੇ ਉੱਥੇ ਲੈ ਗਏ ਨਹਿਰ 'ਤੇ, ਉੱਥੇ ਸ਼ਹੀਦ ਕਰਤੀ। ਨਹਿਰ ਲਾਗੇ ਲੰਘਦੀ ਸੀ ਤੁਹਾਡੇ ਪਿੰਡ ਦੇ? ਪਰ ਜਵਾਇਆ ਸੀ ਜਿਵੇਂ ਸ਼ਹਿਰ ਵਾਲਾ, ਉਸ ਨਹਿਰ 'ਤੇ ਲੈ ਗਏ, ਹਾਂ, ਉੱਥੇ ਜਾ ਕੇ ਸਾਰਿਆਂ ਨੂੰ ਸ਼ਹੀਦ ਕਰਤਾ, ਉੱਥੇ ਸ਼ਹੀਦ ਕਰਤਾ, ਬੱਚੇ ਵੀ ਲੈ ਗਏ,
ਸਿਆਣੇ ਵੀ ਲੈ ਗਏ। ਤੁਹਾਡੇ ਪਿੰਡ ਚੋਂ ਕਿੰਨੀ ਕੁ ਦੁਨੀਆ ਸ਼ਹੀਦ ਹੋਈ ਸੀ ਤੇ ਕਿੰਨੀ ਕੁ ਬਚੀ ਸੀ? ਸਾਡੇ ਪਿੰਡ ਚ ਵਾਹਵਾ ਸ਼ਹੀਦ ਹੋਏ। ਪਹਿਲੀਆਂ ਤਾਂ ਬੰਦਾ ਸੀ ਮੌਲਵੀ, ਉਹ ਵੀ ਸ਼ਹੀਦ ਕਰਤਾ। ਸਾਡੇ 20-25 ਸੀ ਘੇਰਾ ਪਾ ਲਿਆ, ਉਹ ਵੀ ਸ਼ਹੀਦ ਕਰਤੇ। ਬਾਗ ਲੈ ਕੇ ਖਾਲੇ ਤੇ ਉੱਥੇ ਆਪਣਾ ਰਜਵਾਏ ਤੇ ਉਹ ਵੀ ਸ਼ਹੀਦ ਕਰਤੇ। 50-60 ਬੰਦਾ ਸੀ ਸਾਡਾ ਆਪਣਾ ਆਪਣਾ। ਤੁਹਾਡਾ ਆਪਣਾ ਆਪਣਾ 50-60 ਬੰਦਾ? ਹਾਂ, ਬੰਦੇ, ਬੁੜੀਆਂ, ਬੱਚੇ, ਵਜ਼ੀਫ, ਨੌਜਵਾਨ। ਕਿੰਨੀਆਂ ਕੁ ਕੁੜੀਆਂ ਜਿਹੜੀਆਂ ਸੀ ਉਹ ਨਾਲ ਹੀ ਲੈ ਗਏ? ਇੱਕ ਤਾਂ ਕਰੀਮ ਬੀਬੀ, ਨਵਾਬਾਂ ਬੀਬੀ, ਤੁਹਾਡੀਆਂ ਸਕੀਆਂ ਫੁੱਫੀਆਂ ਸੀ। ਹਾਂ, ਉਹ ਲੈ ਗਏ ਸਿੱਖ ਆਪਣੇ ਘਰ। ਉਹਨਾਂ ਦਾ ਪਤਾ ਹੀ ਨਹੀਂ ਲੱਗਿਆ? ਨਾ, ਉਹਨਾਂ ਦਾ ਲਾ ਪਤਾ ਹੀ ਨਹੀਂ। ਉੱਧਰ ਹੀ ਆ ਅਤੇ ਦੋ ਮੇਰੇ ਚਾਚੇ ਸੀ, ਅੱਬੇ ਦੇ ਚਾਚੇ ਦੇ ਪੁੱਤਰ ਭਰਾ, ਉਹ ਨੰਬਰਦਾਰ ਨੇ ਰੱਖ ਲਏ। ਨੰਬਰਦਾਰ ਦਾ ਇੱਕ ਬੱਚਾ, ਉਹ ਤਾਲਾ ਲਾ ਕੇ ਘਰ ਰੱਖ ਲਏ। ਪਹਿਲਾਂ ਸੀ ਉਹਨਾਂ ਦੇ ਨਾਲ ਕੰਮ ਕਰਦੇ, ਉਹ ਕਹਿੰਦੇ ਅਸੀਂ ਜਾਣਦੇ ਨਹੀਂ, ਸ਼ਾਦੀ ਸ਼ੁਦਾ ਨਹੀਂ ਸੀ ਉਹਨਾਂ ਦੀ। ਉਹ ਜਿਹੜੇ ਤੁਹਾਡੇ ਚਾਚੇ ਦੇ ਦੋ ਪੁੱਤਰ ਨੰਬਰਦਾਰ ਨੇ ਰੱਖੇ ਸੀ, ਹਾਂਜੀ, ਉਹਨਾਂ ਦਾ ਕੀ ਨਾਂ ਸੀ? ਉਹਨਾਂ ਦਾ ਸੀ ਸ਼ੇਰ ਮਾਮੂ ਦੇ ਇੱਕ ਦੇ ਨਾਂ ਸੀ। ਅੱਛਾ। ਹਾਂ, ਅਤੇ ਇੱਕ ਦੇ ਨਾਂ ਸੀ ਅੱਲਾ ਦਿੱਤਾ। ਅੱਛਾ, ਇਹ ਦੋਵੇਂ ਵੀ ਪਾਕਿਸਤਾਨ ਨਹੀਂ ਆਏ? ਨਹੀਂ ਨਹੀਂ, ਉੱਥੇ। ਉਹ ਨੰਬਰਦਾਰ ਜਿਹਦੇ ਕੋਲ ਕੰਮ ਕਰਦੇ ਸੀ ਉਹਦਾ ਕੋਈ ਨਾਂ ਯਾਦ ਹੈ? ਉਹਦਾ ਨਾਂ ਮੈਨੂੰ ਨਹੀਂ ਆਉਂਦਾ, ਨਾ ਉਹਦੇ ਮੁੰਡੇ ਦਾ ਆਵੇ। ਪਿੰਡ ਦਾ ਨੰਬਰਦਾਰ ਇੱਕੋ ਹੀ ਸੀ। ਇੱਕੋ ਨੰਬਰਦਾਰ ਸੀ? ਹਾਂਜੀ, ਇੱਕੋ ਹੀ। ਉਹਦੇ ਕੋਲ ਤੁਹਾਡੇ ਚਾਚੇ ਦੇ ਦੋ ਪੁੱਤਰ ਕੰਮ ਕਰਦੇ ਸੀ? ਹਾਂਜੀ। ਉਹ ਉਹਨੇ ਨਹੀਂ ਆਉਣ ਦਿੱਤੇ, ਉੱਥੇ ਹੀ ਰੱਖ ਲਏ? ਉੱਥੇ ਰੱਖ ਲਏ, ਆ ਕਾਬੂ ਕਰ ਲਏ, ਕਹਿੰਦੇ ਪਾਏ ਨਹੀਂ। ਤੁਹਾਨੂੰ ਪਤਾ ਹੈ ਕਿ ਉਹ ਜਿਉਂਦੇ ਸਨ ਜਾਂ ਬਾਅਦ ਚ ਕਤਲ ਹੋ ਗਏ ਜਾਂ ਜ਼ਿੰਦਾ ਰਹੇ? ਸਾਡੇ ਜ਼ਿਆਦਾ ਅੱਧੇ ਆਏ ਆ। ਹਾਂ, ਪਾਕਿਸਤਾਨ 'ਚ ਉਦੋਂ ਜਿਉਂਦੇ ਸੀ, ਬਾਅਦ ਦਾ ਨਹੀਂ ਪਤਾ। ਬਾਅਦ ਦਾ ਨਹੀਂ ਪਤਾ? ਨਹੀਂ, ਵੀ ਹੈਗੇ। ਜਿਸ ਵੇਲੇ ਤੁਹਾਡੇ ਤੇ ਹਮਲਾ ਹੋਇਆ, ਤੁਸੀਂ ਆਪਣੇ ਗਵਾਂਢੀਆਂ ਦੇ ਘਰ ਚਲੇ ਗਏ, ਸਰਦਾਰਾਂ ਦੇ, ਸੱਜਣ ਸਿਉਂ ਕੇ। ਹਾਂਜੀ। ਉਹਦੇ ਘਰਾਂ ਵਾਲੀ ਕੌਰ ਸੀ ਜਿਹੜੀ, ਕੌਰ ਬੀਬੀ, ਹਾਂ, ਜੈਮਲ ਕੌਰ ਜਾਂ ਜੋ ਵੀ ਤੁਸੀਂ ਨਾਂ ਦੱਸਿਆ। ਹਾਂ ਹਾਂ, ਜਨੇਰ ਗਿਆ ਉਹਦੇ ਨਾਲ ਸੁਜਵੀਰ। ਅੱਛਾ, ਉਹਨੇ ਤੁਹਾਨੂੰ ਤੂੜੀ ਵਾਲੇ ਕੋਠੇ 'ਚ ਢੱਕ ਦਿੱਤਾ ਬਚਾਉਣ ਪਾਰੋਂ? ਹਾਂ ਹਾਂ। ਤੁਸੀਂ ਕਿੰਨਾ ਕੁ ਚਿਰ ਉੱਥੇ ਟੱਕੇ ਰਹੇ? ਉੱਥੇ ਅਸੀਂ ਟੱਕੇ ਰਹੇ ਵਾਹਵਾ ਸ਼ਾਮ ਤੱਕ। ਅੱਛਾ ਜੀ। ਸ਼ਾਮੀ ਤਾਈਂ ਉੱਥੇ ਹੀ ਰਹੇ? ਅੱਛਾ ਜੀ। ਸ਼ਾਮ ਨੂੰ ਵੀ ਅਤੇ ਦਿਨ? ਠੀਕ ਹੈ। ਦੂਸਰੇ ਦਿਨ ਅਸੀਂ ਦਰਬਾਰ ਮੱਲ ਲਏ, ਉਹ ਨਾਨੀ ਉੱਥੇ ਰਹੀ ਅਤੇ ਅਸੀਂ ਫਿਰ 8-9 ਜਣੇ ਸੀ ਜਿਵੇਂ ਸ਼ਹਿਰ ਚਲੇ ਗਏ। 25 ਦਿਨ ਰਹੇ ਬਾਗ ਦਰਖਤਾਂ 'ਤੇ। 25 ਦਿਨ ਦਰਖਤਾਂ ਦੇ ਵਿੱਚ ਰਹੇ, ਲੁਕੇ ਰਹੇ? ਹਾਂ, ਇੰਨਾ ਸੀ ਗੜਵੀ ਸਿਲਵਰ ਦੀ, ਉਹ ਪਾਣੀ ਪੀਂਦੇ ਰਹੇ 8 ਜਣੇ। ਪਾਣੀ ਖਾਲੇ ਦਾ ਪੀ ਲੈਣਾ ਭੁੱਖੇ 'ਤੇ, ਨਾ ਰੋਟੀ ਨਾ ਕੁਛ। ਖਾਂਦੇ ਕੀ ਸੀ, ਪੱਤਰ ਪੁੱਤਰ ਖਾਂਦੇ? ਉਹ ਜਿਹੜਾ ਸੱਜਣ ਸਿਉਂ ਸੀ ਨਾ, ਉਹ ਸਾਨੂੰ ਰਾਸ਼ਨ ਪਾਣੀ ਲੋਕ ਕੇ ਆਪਦੇ ਭਰਾ ਤੋਂ ਕਮਾਦ 'ਚ ਅਸੀਂ ਚਲੇ ਜਾਣਾ 12 ਵਜੇ, ਅਤੇ ਉਹਨੇ ਕਹਿਣਾ ਗੰਨੇ ਨਾ ਪਾਨੋ। ਬਈ ਮੈਂ ਆਵਾਜ਼ ਮਾਂ ਨੂੰ ਸਾਨੂੰ ਕਿਹਾ ਸੀ ਮੇਰੇ ਤੋਂ, ਤੁਸੀਂ ਆ ਕੇ ਰਾਸ਼ਨ ਪਾਣੀ ਲੈ ਗਏ ਖਾਲੇ 'ਤੇ ਖੜੋ ਕੇ। ਅਤੇ ਕੋਲੇ ਨਹਿਰ ਸੀ ਖਾਲਾ ਸੀ ਜਿਹਦੇ 'ਚ ਅਸੀਂ ਬੱਚੀਆਂ ਸੁੱਟੀਆਂ, ਉੱਥੋਂ ਅਸੀਂ ਪਾਣੀ ਪੀ ਲੈਣਾ। 25 ਦਿਨ 25 ਦਿਨ ਤੁਸੀਂ ਕਮਾਦਾਂ 'ਚ ਅਤੇ ਰੁੱਖਾਂ 'ਚ ਲੁਕੇ ਰਹੇ? ਕਮਾਦਾਂ 'ਚ ਰੁੱਖਾਂ 'ਤੇ ਰਹੇ। ਅਤੇ 25 ਦਿਨ ਤੁਹਾਨੂੰ ਸੱਜਣ ਸਿਉਂ ਖਾਣ ਪੀਣ ਦਾ ਸਮਾਨ ਦਿੰਦਾ ਰਿਹਾ? ਪੰਜੀਰੀ ਕਰਦੇ ਨੇ, ਟਿਕੜੇ ਕਰਦੇ ਨੇ, ਮਿੱਠੀਆਂ ਰੋਟੀਆਂ ਇਹਨਾਂ ਨੂੰ ਵੰਡ ਕੇ ਸਾਨੂੰ ਦੇਣ, ਅਸੀਂ ਇੱਥੋਂ ਤੱਕ ਖਾਂਦੇ ਇੱਦਾਂ 8-9 ਜਣਿਆਂ ਨਾ। ਅਸੀਂ ਬੀਜ ਵੇਖੀਆਂ ਖਾਲੇ ਅਤੇ ਨਹਿਰ ਦਾ ਪਾਣੀ ਪੀ, ਅਤੇ ਦਰਖਤਾਂ ਸ਼ਾਮ ਨੂੰ ਥੱਲੇ ਲੇਟ ਜਾਣਾ, ਭਾਵੇਂ ਸੱਪ ਲੜ ਜਾਂਦਾ। ਇੱਕ ਵਾਰ ਚੰਗੀ ਸੀ ਅਤੇ ਹੈਗਾ ਸੀ ਉਹਨਾਂ ਦਾ ਨੌਜਵਾਨ ਗੁੱਜਰਾਂ ਦਾ, ਆ ਉਹਦਾ ਭਰਾ ਪਿਆ, ਦੂਜਾ ਪਿਆ, ਪਿਓ ਪਿਆ, ਅਤੇ ਵਿੱਚੋਂ ਦੀ ਕਾਲਾ ਨਾਗ ਲੰਘ ਗਿਆ। ਇੱਧਰ ਅਸੀਂ ਪਏ, ਮੈਂ, ਅੰਮੀ, ਮੇਰਾ ਅੱਬੂ ਚੰਗੀ ਦੇ ਵਿੱਚ, ਉੱਧਰ 5-5 ਕਿੱਲੀਆਂ ਦੇ ਵਿੱਚ ਸੀ ਵਾਣ ਕੜੀਆਂ, ਜਿੱਥੇ ਹੋਣਾ ਨਾ ਵਿਹਲਾ ਤਾਂ ਉੱਥੇ ਲੋਕੇ ਪੈ ਜਾਣ ਜਾਣ ਬਚਾਉਣ। 25 ਦਿਨ ਤੁਸੀਂ ਉਸ ਆਪਣੇ ਪਿੰਡ ਦੇ ਆਸੇ ਪਾਸੇ ਲੁਕੇ ਰਹੇ? ਜਿਵੇਂ ਆਪਣਾ ਸ਼ਹਿਰ ਆ, ਘਰ ਹੀ ਛੱਡ ਦਿੱਤਾ ਚਲੇ ਗਏ। ਅਤੇ ਤੁਸੀਂ ਤਾਂ ਨਿਆਣੀ ਉਮਰ ਦੇ ਵਿੱਚ ਸੀ, ਹਾਂਜੀ, ਡਰ ਦੇ ਮਾਰੇ ਰੋਣਾ ਨਹੀਂ ਆਉਂਦਾ ਸੀ ਤੁਹਾਨੂੰ? ਮੈਂ ਬੱਚੀ ਸੀ ਅਤੇ ਇੱਕ ਦਿਨ ਅਸੀਂ ਉੱਤੇ ਵਣ ਦੇ ਚੜ੍ਹੇ, ਵਣ ਦੇ ਕਿਹੜਾ ਕੰਡੇ ਸੀ 6-7 ਸਾਲਾਂ 'ਤੇ, ਉਹ ਦਬਦਬ ਅਸੀਂ ਚੜ੍ਹ ਗਏ ਅਤੇ ਮੈਂ ਵੀ ਚੜ੍ਹ ਗਈ, ਅੱਬੂ ਵੀ, ਜਿਹੜੇ ਗੁੱਜਰਾਂ ਦੇ ਬੱਚੇ ਸੀ ਮੁੰਡੇ ਜਵਾਨ, ਬਾਬਾ ਵੀ ਚੜ੍ਹ ਗਿਆ ਅਤੇ ਨਾਨੀ ਅੰਮਾ ਘਰ ਸੀ। ਅਤੇ 12 ਵਜੇ ਸੀ ਸਿੱਖ ਆਏ, ਉਹ ਵਣ ਦੇ ਹੇਠਾਂ ਲੱਭ ਲੱਭ ਕੇ ਸ਼ਹੀਦ ਕਰ ਲਏ। ਘੋੜੇ ਵਾਲੇ 2 ਘੋੜੇ, 2 ਬੰਦੇ ਸਵਾਰ, 4 ਜਣੇ, ਤਾਂ ਕਹਿਣ ਲੱਗੇ ਅੱਜ ਮੁਸਲੇ ਨਹੀਂ ਲੱਭੇ, ਅੱਜ ਵਿਹਲੇ ਜਾਵਾਂਗੇ। ਉੱਤੇ ਅਸੀਂ ਬੈਠੇ,
ਅੱਛਾ ਅੱਲਾ ਮਾਫੀ ਕਰੇ ਤੇ ਫਿਰ ਸਾਡਾ ਦਿਲ ਕਰੇ ਵੀ ਮੁੜ ਕੇ ਨਾ ਆ ਜਾ ਉਹ ਅੱਲਾ ਫਰਿਸ਼ਤਾ ਨੂੰ ਕਹਿੰਦਾ ਇੱਥੇ ਬੰਨੂ ਨੂੰ ਥਾਂ ਹੀ ਨਹੀਂ ਘੋੜਿਆਂ 'ਤੇ ਆਪਾਂ ਗਾਂਹ ਚੱਲੀਏ ਲੱਭ ਕੇ ਸ਼ਹੀਦ ਕਰਾਂਗੇ ਅੱਜ ਮੁਸਲਮਾਨ ਦਾ ਸ਼ਿਕਾਰ ਸਾਡੇ ਹੱਥ ਵਿੱਚ ਨਹੀਂ ਆਇਆ ਜਿਸਲੇ ਉਹ ਥੱਲੇ ਖੜੇ ਇਹ ਗੱਲਾਂ ਕਰ ਰਹੇ ਸੀ ਹਾਂਜੀ ਉਹਲੇ ਤੁਹਾਡਾ ਦਿਲ ਤਾਂ ਬੜਾ ਡਰਿਆ ਹੋਣਾ ਬੜਾ ਡਰਦਾ ਸੀ ਬੰਦੇ ਦੀ ਵਿਲੀ ਵਿਲੀ ਸੁੱਕਦੀ ਉਸ ਵੇਲੇ ਅੰਮੀ ਨੂੰ ਲੈ ਜਾਂਦੇ ਤੇ ਐਡਾ ਲੈਂਡ ਬਣਾ ਕੇ ਸਾਨੂੰ ਸ਼ਹੀਦ ਕਰਕੇ ਅੜਵਾਏ ਮਾਣਦੇ ਸੁੱਟ ਜਾਂਦੇ ਭੱਜ ਗਏ ਕਹਿੰਦੇ ਸੀ ਮੁਸਲਮਾਨ ਦਾ ਸ਼ਿਕਾਰ ਨਹੀਂ ਲੱਭਾ ਲੱਭ ਲੱਭ ਕੇ ਸ਼ਹੀਦ ਕਰਦੇ ਸੀ ਉੱਧਰ ਜਿੱਥੇ ਹਜ਼ਾਰ ਘਰ 2000 ਸਿੱਖਾਂ ਦਾ ਹੋਵੇ ਤੇ 5 ਘਰ ਜਾਂ 4 ਤੇ ਕੀ ਬਣਦਾ ਕੁਛ ਵੀ ਨਹੀਂ ਇਹ ਲਾਲ ਬੜੀਆਂ ਤੰਗੀਆਂ ਕੱਟੀਆਂ ਅੱਲਾ ਨੇ ਬਚਾਇਆ ਅਸੀਂ ਦੀਨ ਸਲਾਮ ਚਾਹੁੰਦੇ ਮੁਹੰਮਦ ਦਾ ਕਲਮਾ ਪਾਈਏ ਸਾਨੂੰ ਅੱਲਾ ਨੇ ਅੱਗ ਤੋਂ ਬਚਾ ਤਾ ਔਰ ਅਸੀਂ ਇੱਧਰ ਆ ਕੇ ਭੈਣ ਭਰਾ ਮਚਾਉਂਦੇ ਗੱਲਾਂ ਬਹੁਤ ਕਰੀਆਂ ਨਹੀਂ ਜਾਂਦੀਆਂ ਅੰਮਾ ਜੀ ਬੜਾ ਔਖਾ ਐਡੀ ਭੈਣ ਸਿੱਟੀ 3 ਸਾਲਾਂ ਦੀ 1 2.5 ਸਾਲਾਂ ਦੀ 1 ਚਾਚੇ ਨੇ ਆਂ ਕਰਕੇ ਡੁੱਬੇ ਸਿੱਟ ਦਿੱਤਾ ਜਿਵੇਂ ਸ਼ਹਿਰ ਆ ਉੱਥੇ ਕੰਨ ਆਂ ਦੇਖਿਆ ਵੀ ਕੋਈ ਸਿੱਖ ਤਾਂ ਨਹੀਂ ਆਉਂਦਾ ਉਹ ਅਸੀਂ ਚਿਹਰੀ 'ਚ ਬੈਠੇ ਵਿੱਚ ਨੱਪ ਕੇ ਟਵਾ ਕਾਢੇ ਅਤੇ ਮਿੱਟੀ ਪਾ ਲਿਆ ਫੌਤ ਹੋ ਗਿਆ ਸੀ ਹਾਂ ਆਪ ਸਿੱਟੀ ਸੀ ਚਾਚੂ ਅੱਬੇ ਨੇ ਮੇਰੇ ਨੇ ਜਿਉਂਦੀ 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 ਹਾਂ ਜਿਉਂਦੀ ਦੇ ਉੱਤੇ ਮਿੱਟੀ ਪਾ ਨਹੀਂ ਮਾਰੀ ਤੇ ਵਿੱਚੋਂ ਕੱਢ ਲਿਆ ਨਾ ਦੇਖ ਕੇ ਫਿਰ ਉਹ ਜਦੋਂ ਛੁੱਟੀ ਉਹਦੇ ਵਿੱਚ ਡੁੱਬੇ ਦੇ ਛੱਪੜੀ 'ਚ ਤੇ ਉੱਥੇ ਕਾਨਾ ਘੜਤਾ ਨਿਸ਼ਾਨੀ ਘੜਤੀ ਬੱਚੀ ਤਾਂ ਗਈ ਸੀ ਅਤੇ ਮੂੰਹ 'ਚ ਪਾਣੀ ਪੈ ਗਿਆ ਮਰ ਗਿਆ ਫਿਰ ਉਹ ਗਿਆ ਦੇਖਿਆ ਵੀ ਸਿੱਖ ਤਾਂ ਨਹੀਂ ਆਉਂਦੇ ਦਰਦਾ ਕੱਢ ਕੇ ਨਿਚਲੀ ਅਤੇ ਉਹ ਚੜੀ 'ਚ ਵਾੜ ਕੇ ਜਿੱਥੇ ਅਸੀਂ ਬੈਠੇ ਸੀ ਕਿੱਲੇ ਦੇ ਥਾਂ ਟੋਆ ਕੱਢ ਕੇ ਦੇਖਿਆ ਉੱਤੇ ਮਿੱਟੀ ਪਾ ਕੇ ਚਾਚੀ ਮੇਰੀ ਕਹਿੰਦਾ ਆਪਣੀ ਜਿਉਂਦੀ ਧੀ ਛੱਪੜ 'ਚ ਸੜ ਦਿੱਤੀ ਵੀ ਉਹਨਾਂ ਦੇ ਹੱਥ ਨਾ ਲੱਗ ਜਾਏ ਹੱਥ ਨਾ ਆਵੇ ਤੇ ਫਿਰ ਬਾਅਦ ਦੇ ਵਿੱਚ ਜਿਹੜੇ ਮੌਕਾ ਮਿਲਿਆ ਉਹਨੂੰ ਉਹਦੀ ਲਾਸ਼ ਕੱਢ ਲਿਆ ਤੇ ਨਾਪ ਦੀ ਟੂਈ ਜਿਹੜੇ ਉਹਦੇ ਟੋਏ ਉਹਦੇ ਵਿੱਚ ਬੰਨੇ ਦੇ ਉੱਤੇ ਵੀ ਸੁੱਕੀ ਮਿੱਟੀ ਸੀ ਬੰਨੇ ਪਾ ਰਹੇ ਸੀ ਚਿਹਰੀ ਦੇ ਤੇ ਚਾਚੀ ਮੇਰੀ ਕੋ ਆ ਕੂਕਾ ਨਾ ਮਾਰੀ ਸਬਰ ਉਹਨੇ ਚਾਚੀ ਮੇਰੀ ਕਿ ਉੱਧਰ ਜਾ ਕੇ ਪਲਾ ਦੇ ਇੰਨਾ 4 ਮਹੀਨੇ ਦੁੱਧ ਪਲਾ ਛੱਡ ਦਿੱਤੇ ਅੰਦਾ ਮਾ ਕੀ ਗੱਲਾਂ ਸੱਤ ਹੁੰਦੀਆਂ ਤੁਸੀਂ ਭਰਨੀਆਂ ਭਰ ਲਓ ਪੁੱਤਾਂ ਮੈਂ ਰਾਜੀ ਹਾਂ ਆਪ ਦੱਸਣ ਦੁਖੀ ਓਹੋ ਅੱਲਾ ਮਾ ਅਸੀਂ ਇੱਧਰ ਆਉਣਾ ਸੀ ਦੀਨ ਸਲਾਮ ਦਾ ਕਲਮਾ ਪੜ੍ਹਨਾ ਸੀ ਅੱਲਾ ਰਸੂਲ ਨੇ ਸਾਨੂੰ ਅੱਗ ਤੋਂ ਬਚਾਉਣਾ ਸੀ ਅੱਲਾ ਮਾ ਅਸਤਗਫਿਰ ਅੰਮਾ ਜੀ ਤੁਹਾਡੀਆਂ ਆਪਣੀਆਂ ਭੈਣਾਂ ਵੀ ਇਸੇ ਤਰ੍ਹਾਂ ਉੱਥੇ ਸੱਟੀਆਂ ਹਾਂ ਨਹਿਰ ਦੇ ਵਿੱਚ ਨਹਿਰ ਦੇ ਵਿੱਚ ਹਾਂ ਉਹ ਸ਼ਹਿਰੋਂ ਨਹਿਰ ਆਉਂਦੀ ਸੀ ਮੁਕਤਸਰ ਰੋਪੜ ਨਹਿਰ ਹਾਂ ਤੇ ਉਹਦੇ ਸਿੱਟੀਆਂ ਇੱਥੋਂ ਲਾ ਕੇ ਉਹ ਜਿਹੜੇ ਮਕਾਨ ਇਹ ਵੀ ਲੰਘ ਜਾਂਦੇ ਨਾਨੀ ਅੰਮਾ ਨੇ ਸਰਗੀ ਵੇਲੇ ਛਾਲ ਮਾਰੀ ਸਰਗੀ ਮੇਰੀਆਂ ਭੈਣਾਂ 2 ਸਿੱਟਾਂ ਇੱਕ 3 ਸਾਲਾਂ ਦੀ 1 2.5 ਸਾਲਾਂ ਦੀ ਮੈਂ 6 ਸਾਲਾਂ ਸੀ ਉਹ ਅੰਮੀ ਫੜ ਲੱਗੀ ਮੈਂ ਵਿਚਾਰੇ ਤੇ ਫਿਰ ਅੱਬੂ ਕਹਿੰਦਾ ਛਾ ਉਹ ਕਹਿੰਦੀ ਨਹੀਂ ਅਬ ਅੰਮੀ ਕਹਿੰਦੀ ਕੰਮ ਲਿਆ ਸਾਰਾ ਟੱਬਰ ਇਹ ਤਾਂ ਵੱਡੀ ਸਾਰੀ ਜਿੱਥੇ ਆਪਾਂ ਸ਼ਹੀਦ ਹੋਵੋਂਗੇ ਇੱਥੇ ਨਾਲ ਹੀ ਟੱਬਰ ਮਕਾ ਤਾਂ ਨਾ ਕਹਿੰਦਾ ਆਵੇ ਉਹ ਨਹਿਰ ਵਿੱਚ ਕਿੰਨੇ ਸੱਟੀਆਂ ਸੀ ਤੁਹਾਡੇ ਅੱਬੂ ਨੇ ਨਾਨੀ ਨੇ ਮੇਰੀ ਮਾਂ ਨੇ ਬਾਲਦਾ ਮੇਰੀ ਨੇ ਤੇ ਜਿਸਲੇ ਉਹਨਾਂ ਨੂੰ ਨਹਿਰ 'ਚ ਧੱਕੇ ਦਿੰਦੀ ਪਈ ਸੀ ਆਪਣੇ ਧੀਆਂ ਨੂੰ ਚੁੱਕ ਚੁੱਕ ਰੋਂਦੀ ਤਾਂ ਹੋਣੀ ਹੈ ਬੜਾ ਨਹੀਂ ਡਰ ਸੀ ਵੀ ਕਿਤੇ ਸਿੱਖ ਨਾ ਲੁਕੇ ਹੋਣ ਨਹਿਰ 'ਤੇ ਰਾਤ ਨੂੰ ਲੁਕ ਜਾਂਦੇ ਸੀ ਦਿਲ ਕਿਵੇਂ ਪੱਥਰ ਕਰ ਲਿਆ ਮਾਂ ਨੇ ਉਹ ਜਿਹੜੀ ਸੀ ਨਾ 2.5 ਸਾਲਾਂ ਦੀ ਅੰਮਾ ਜਿਹੜੀ ਮੇਰੀ ਨਾਨੀ ਸੀ ਉਹਨੇ ਦੁਪੱਟੇ ਨਾਲ ਇੱਦਾਂ ਦੇ ਕਰਕੇ ਦੱਬ ਕੇ ਛਾਲ ਮਾਰੀ ਪਹਿਲਾਂ ਫਿਰ ਜਿਹੜੀ ਛੋਟੀ ਸੀ ਉਹ ਬੈਠੀ ਸੀ ਉਹਨੇ ਫੜ ਕੇ ਇੱਦਾਂ ਸਿੱਟ ਦਿੱਤੀ ਫਿਰ ਉਹ ਸਿਰ 'ਤੇ ਮੈਨੂੰ ਫੜਨ ਲੱਗੀ ਪੱਕਣ ਲੱਗੀ ਅੱਬੂ ਨੇ ਫੜ ਲਏ ਇੱਧਰ ਅੱਬੂ ਆ ਅਤੇ ਇੱਧਰ ਅੰਮੀ ਵਿਚਕਾਰ ਨਾ ਉਹ ਕਹਿੰਦਾ ਨਾ ਇਹ ਨਹੀਂ ਇਹ ਨੱਠੀ ਫੇਰਦੀ ਮੈਂ 6 ਸਾਲ ਲਾਂ ਨਾ 6 ਸਾਲ ਲਾਂ
ਉਹ ਛੱਡ ਦਿੱਤੀਆਂ। ਦੋ ਭੈਣਾਂ ਤੁਹਾਡੀਆਂ ਸੜਤੀਆਂ? ਹਾਂ, ਤੀਜੀ ਚਾਚੇ ਦੀ। ਤੀਜੀ ਚਾਚੇ ਦੀ ਸੜਤੀ? ਹਾਂ, ਤਿੰਨ ਬੱਚੇ। ਨਾਨੀ ਤੁਹਾਡੀ? ਨਾਨੀ ਆ ਗਈ ਸੀ, ਉਹ ਪਾਣੀ ਥੋੜ੍ਹਾ ਸੀ ਡੁੱਬੀ ਨੂੰ ਤਗਰੇ ਪਾਉਂਦੇ। ਨਾਨੀ ਨੇ ਆਪ ਵੀ ਛਾਲ ਮਾਰਤੀ? ਨਾਨੀ ਨੇ ਆਪ ਬੱਚੀ ਦੋ ਤਰੀ ਬੰਨ ਕੇ ਪਿੰਡੇ, ਉਹਨੇ ਆਪ ਦੱਬ ਕੇ ਛਾਲ ਮਾਰਿਆ, ਖੜਕਾ ਆਇਆ। ਪਾਣੀ ਥੋੜ੍ਹਾ ਸੀ, ਇੱਥੇ ਇੱਥੇ ਸੀ ਪਾਣੀ, ਬੰਦੇ ਦੇ ਮੋਢੇ ਮੋਢੇ ਸੀ। ਉਹ ਬੱਚੀਆਂ ਨੂੰ ਡੁੱਬ ਕੇ ਤੇ ਮੂੰਹ 'ਚ ਪਾਣੀ ਪਿਆ ਸੀ। ਆਪ ਅੱਲਾ ਦੇ ਕੋਲ ਸੀ। ਓਹੋ ਮਾਲਕਾ, ਅਜਾਖਾਂ ਵਾਰਸ ਸ਼ਾਹ ਨੂੰ ਕਿੱਥੋਂ ਕਬਰਾਂ ਵਿੱਚੋਂ ਬੋਲ। ਹਾਂ ਅੱਲਾ ਮਾ ਯਾ ਅੱਲਾ ਮਾਫ ਕਰ। ਮੇਰੇ ਸੁਣਨ ਵਾਲਿਓ, ਮੇਰੇ ਵੇਖਣ ਵਾਲਿਓ, ਇਹ ਪੰਜਾਬ ਦੀਆਂ ਪੀੜਾਂ ਨੇ, ਇਹ ਪੰਜਾਬ ਦੇ ਦੁੱਖ ਨੇ, ਜਿਹੜੇ ਸੁਣ ਕੇ ਲੂੰ ਸਿੱਖੂ ਹੁੰਦੇ ਨੇ। ਅੱਜ ਵੀ ਕੰਬਣੀ ਧਾਰੀ ਹੋ ਜਾਂਦੀ ਹੈ, ਅੱਜ ਵੀ ਕੰਬਣੀ ਛੁੱਟ ਪੈਂਦੀ ਹੈ, ਦਿਲ ਲਹੂ ਦੇ ਖੂਨ ਦੇ ਆਂਸੂ, ਲਹੂ ਦੇ ਹੰਝੂ ਰੋਂਦਾ ਹੈ। ਇਹ ਬਜ਼ੁਰਗ ਸਾਡੇ ਸਾਹਮਣੇ ਨੇ ਜਿਹੜੇ ਗਵਾਹੀਆਂ ਦੇ ਰਹੇ ਨੇ ਕਿ ਇਹਨਾਂ 'ਤੇ ਕੀ ਬੀਤੀ ਸੀ। ਨਹਿਰ ਆਈ ਵੱਗਦੀ ਸੀ ਖੂਨੋ ਖੂਨ, ਅੱਧੀ ਨਹਿਰ ਵਿੱਚ ਸੁੱਟੀ ਜਾਂਦੀ ਸ਼ਹੀਦ ਘਰ, ਉਹ ਪਿੰਡ ਦੇ ਸਿਰ 'ਤੇ, ਉਹਦੇ ਸਿਰ 'ਤੇ, ਉਹ ਵੀ ਮੈਂ ਨਾ ਆਏ ਲਾਲ ਪਾਣੀ ਅੱਜਾ ਲਾਖਾਂ ਦੀਆਂ ਭਰੀਆਂ ਹੁੰਦੀਆਂ ਮੁਸਲਮਾਨ। ਅੰਮਾ ਜੀ, ਭਰਾ ਤੁਹਾਡੇ ਕਿੰਨੇ ਸੀ? ਭਰਾ ਮੇਰੇ ਦੋ, ਇੱਕ ਇੱਧਰ ਫੌਤ ਹੋਇਆ ਆਪਣਾ 7 ਸਾਲਾਂ ਦਾ, ਇੱਕ ਉੱਧਰ ਫੌਤ ਹੋਇਆ 5 ਕੁ 4 ਕੁ ਸਾਲ, ਮੇਰੇ ਤੋਂ ਵੱਡਾ ਸੀ। ਦੋ ਸੀ, 6 ਭੈਣਾਂ ਸੀ। 6 ਭੈਣਾਂ? ਹਾਂ, ਦੋ ਅੰਮੀ ਨੇ ਉੱਥੇ ਸੱਟ ਦਿੱਤੀਆਂ ਨਹਿਰ ਵਿੱਚ, ਮਕਾ ਦਿੱਤੀਆਂ ਮਾਂ ਨੇ। ਉਹ ਤੁਹਾਡਾ ਭਲਾ, ਮੈਨੂੰ ਹੀ ਲੱਗੀ ਸੀ ਸੱਟ, ਮੈਂ ਤਾਂ ਕਹਿੰਦੀ ਸੜ ਦਿੰਦੀ ਨਾਲ ਹੀ ਜਾਂਦੇ ਆਪਣੀਆਂ ਭੈਣਾਂ ਦੇ ਨਾਲ। ਪਾਣੀ ਥੋੜ੍ਹਾ ਸੀ, ਮੈਂ ਮਰ ਜਾਂਦੀ ਸੀ ਡੁੱਬ ਕੇ। ਨਾਨੀ ਅੰਮਾ ਨਹੀਂ ਮਰੀ, ਉਹ ਦਰਖਤ ਹੁੰਦੇ ਨਾ ਨਹਿਰਾਂ ਦੇ ਵਿੱਚ, ਉਹ ਆਪਣਾ ਟਾਹਲੀਆਂ ਕੀਕਣਾ ਇਸ ਤਰ੍ਹਾਂ ਸੀ, ਟਾਹਲੀ ਘੱਗਰਾ ਪਾਇਆ ਸੀ, ਕੁੜਤੀ ਸੀ, ਉਹ ਦੁਪੱਟਾ ਤਾਂ ਖੁੱਲ੍ਹ ਗਿਆ, ਬੱਚੀ ਡੁੱਬ ਗਈ, ਅਤੇ ਉਹ ਫਿਰ ਨਹਿਰ ਦੇ ਉੱਤੇ ਬਹਿ ਕੇ ਬੰਨ, ਅਤੇ ਹੌਲੀ ਹੌਲੀ ਘਰ ਆ ਗਈ। ਫਿਰ ਇੱਥੋਂ ਤੁਰ ਕੇ ਨਾ ਜਿਵੇਂ ਨਾ ਤਰੇੜ ਤੋਂ ਵੀ ਦੂਰ ਆ, ਐਡੀ ਦੂਰ ਸੀ ਨਹਿਰ, ਦੂਰ ਸੀ ਸਾਰਾ। ਮੁਸੀਬਤਾਂ ਬੱਚਾ ਬਹੁਤ ਅਸੀਂ ਕਰ, ਮੌਤ ਦੇ ਮੂੰਹ ਦੇ ਵਿੱਚ ਅੱਲਾ ਨੇ ਸਾਨੂੰ ਕਾਲੀ ਕਮਰੀ ਵਾਲੇ ਨੇ ਪਹੁੰਚਾਇਆ। ਅੱਛਾ ਅੰਮਾ ਜੀ, 25 ਦਿਨ ਤਾਂ ਤੁਸੀਂ ਉੱਥੇ ਫਸਲਾਂ 'ਚ ਲੁਕੇ ਰਹੇ? ਹਾਂਜੀ, ਬਾਹਰ ਦਰੱਖਤਾਂ ਦੇ ਉੱਤੇ, ਦਰੱਖਤਾਂ 'ਤੇ ਥੱਲੇ ਲੇਟ ਲੈਣਾ, ਰਾਤ ਨੂੰ, ਰਾਤ ਨੂੰ ਨਹੀਂ ਸੀ ਜਾਂਦੇ, ਦਿਨੇ ਲੱਭਦੇ ਸੀ ਕੋਲਿਆਂ 'ਤੇ। 25 ਦਿਨ ਉਹ ਅੱਲਾ ਦਾ ਨੇਕ ਬੰਦਾ ਸੱਜਣ ਸਿਉਂ ਜਿਹੜਾ ਸੀ, ਉਹ ਤੁਹਾਨੂੰ ਰੋਟੀ ਪਾਣੀ ਵੀ ਪਹੁੰਚਾਉਂਦਾ ਰਿਹਾ ਸੀ ਅਤੇ 25 ਦਿਨਾਂ ਤੋਂ ਬਾਅਦ ਫਿਰ ਕੀ ਬਣਿਆ ਸੀ? ਫਿਰ ਸਾਡੇ ਬੰਦੇ ਇੱਧਰ ਆਏ ਸੀ ਆਪਣੇ ਚਾਚੇ ਤਾਏ, ਉਹ ਕਹਿਣ ਲੱਗੇ ਸਾਡੀਆਂ ਧੀਆਂ ਭੈਣਾਂ ਲਈ ਜਾਂਦੇ ਆ, ਕੁੱਟੀ ਜਾਂਦੇ, ਛੀਲ ਮਾਰ ਕਰੀ ਜਾਂਦੇ, ਅਤੇ ਉਹਨਾਂ ਨੂੰ ਜਾ ਕੇ ਲਿਆਓ। ਫਿਰ ਇੱਧਰ ਬੰਦੇ ਗਏ ਆਪਣੇ ਸਰਕਾਰ ਨੂੰ ਮਿਲਟਰੀ ਜੀਪਾਂ ਲੈ ਕੇ ਫੌਜੀ ਗਏ। ਹਾਂਜੀ ਹਾਂ, ਤਿੰਨ। ਫਿਰ ਸਾਡਾ ਗਾਫਲਾ ਹੈਗਾ ਸੀ 400-500 ਜੀ, ਉੱਥੋਂ ਜਿਹੜੇ ਨਿਕਲੇ ਬਹੁਤ ਬੈਠੇ ਸੀ ਨਾ, ਪਿੰਡ ਵੱਡਾ ਸੀ। ਕਮਾਦ 'ਚੋਂ ਤੁਹਾਨੂੰ ਕਿੰਨੇ ਕੱਢਿਆ ਸੀ ਵੀ ਨਿਕਲੇ ਉਹ ਬਈ ਫੌਜੀ ਆ ਗਏ ਨੇ? ਕਮਾਦ 'ਚੋਂ ਨਹੀਂ ਸੀ ਨਿਕਲਿਆ, ਅਸੀਂ ਚੱਕ 'ਚ ਆ ਗਏ ਸੀ, ਇਕੱਠੇ ਹੋ ਗਏ ਸੀ ਸਾਰੇ। ਪਤਾ ਲੱਗ ਗਿਆ ਸੀ ਵੀ ਫੌਜ ਆ ਗਈ ਹੈ? ਹਾਂ, ਬਈ ਇੱਕ ਲਾਰੀ ਗਈ ਚਲੀ ਸੀ, ਉਹ ਭਰ ਕੇ ਸ਼ਹਿਰ ਗਈ ਚਲੀ ਜਿਵੇਂ ਆਰਫ ਆ, ਅਤੇ ਮੁੜ ਕੇ ਅਸੀਂ ਰਹਿ ਗਏ। ਉਹ ਰਾਤ ਨੂੰ ਜਿਹੜੇ ਸੀ ਨਾ ਬਾਬੇ ਵੱਡੀ ਉਮਰ ਦੇ ਸਿਆਣੇ, ਉਹ ਸਿੱਖ ਸਾਰੇ ਤਾਂ ਨਹੀਂ ਸੀ ਨਾ ਇੱਕੋ, ਉਹ ਕਹਿੰਦੇ ਆਪਣੇ ਵਿੱਚ ਰਹੇ ਆ ਭੈਣ, ਇਹਨਾਂ ਨੂੰ ਰਾਤ ਦੇ 1 ਵਜੇ ਗੱਡੇ ਡਾਚੀਆਂ ਅਤੇ ਮੁਕਤਸਰ ਸਾਨੂੰ ਸ਼ਹਿਰ 8 ਮੀਲ ਮੈਂ ਤੁਰ ਕੇ ਆਈ ਰਾਤ ਨੂੰ 6 ਸਾਲ ਗਾਡੀ ਗਾਡੀ ਦਾ। ਹਾਂ ਅੱਛਾ, 8 ਮੀਲ ਤੁਸੀਂ? 8 ਮੀਲ ਪਰ ਜਿਹੜੇ ਬਾਬੇ ਵੱਡੇ ਸੀ ਉਹ ਬਹਿ ਗਏ ਗੱਡਿਆਂ 'ਤੇ, ਕੋਈ ਡਾਚੀਆਂ 'ਤੇ ਬਹਿ ਗਏ, ਉਹ ਫਿਰ ਜਿਹੜੇ ਅੱਗੇ ਬੈਠੇ ਸੀ ਨਾ ਉਹਨਾਂ ਦੇ ਵਿੱਚ ਹੀ ਸਾਨੂੰ ਆ। ਫਿਰ ਇੱਧਰੋਂ ਆਈ ਮਿਲਟਰੀ ਕਾਰਾਂ, ਉੱਤੇ ਗਾਂਧੀ ਮਸ਼ੀਨਾਂ ਲੱਗੀਆਂ। ਜਿਸ ਵੇਲੇ ਅਸੀਂ ਆਏ ਫਾਲੂ ਕੇ ਬੰਗਲੇ, ਛੋਟਾ ਜਿਹਾ ਦਿਨ ਸੀ, ਅਤੇ ਕਹਿਣ ਲੱਗੇ ਇੱਥੇ ਰਾਤ ਰਹੋ। ਫੌਜੀ ਕਹਿੰਦੇ ਜੇ ਇੱਥੇ ਰਾਤ ਰਹੇ ਤੁਸੀਂ ਕੋਈ ਨਹੀਂ, ਚਲੋ ਆਪਣੇ ਪਾਕਿਸਤਾਨ ਨੂੰ ਨੇੜੇ ਹੀ ਆ। ਫਿਰ ਇੱਕ ਮਗਰ ਲਾਈ ਗੱਡੀ ਮਿੰਟਰੀ ਨੇ, ਇੱਕ ਵਿਚਾਲੇ ਲਾਈ, ਇੱਕ ਅੱਗੇ ਲਾਈ, ਸਿੱਖ ਇੱਧਰ ਵੀ ਇੱਧਰ ਵੀ, ਉੱਤੇ ਮਸ਼ੀਨਾਂ ਲਾਈਆਂ ਵੀ ਪਰਾਂ ਆ ਜਾਓ, ਤੁਹਾਨੂੰ ਫੂਕ ਜਾਂਗੇ ਪਰਾਂ। ਅਸੀਂ ਤੁਰਦੇ ਨਹੀਂ ਸੀ ਆਏ, ਪੈਦਲ ਤੁਰਦੇ ਆਏ ਸੀ। ਫਾਜ਼ਿਲ ਕੇ ਮੰਗਲੇ ਅਸੀਂ ਤੁਰੇ ਸਿਲੇਮਾਨ ਵਾਲੇ ਹੈਡ 'ਤੇ ਆਏ, ਜਿਸ ਵੇਲੇ ਅਸੀਂ ਫਾਗ ਪੱਟਣ ਆਏ
ਸਾਨੂੰ ਮਕਰ ਦੀ ਐਲਾਨ ਹੋ ਗਈ ਦਿਨ ਚ ਜਦੋਂ ਫਿਰ ਸਾਨੂੰ ਸਾਡੇ ਵੱਡਿਆਂ ਨੂੰ ਕੀ ਪਤਾ ਸੀ ਬਈ ਕਿੱਥੇ ਪਾਕਿਸਤਾਨ ਆ ਉਹ ਆਪਣੇ ਕਹਿੰਦੇ ਫੌਜੀ ਆਪਣਾ ਪਾਕਿਸਤਾਨ ਆਇਆ ਨਾਰੇ ਮਾਰੋ ਫਿਰ ਨਾਰੇ ਮਾਰਨ ਜਾਨ ਬਚ ਗਈ ਹਾਂ ਨਾਰੇ ਮਾਰੋ ਐਲੀ ਦੇ ਨਾਰੇ ਮਾਰੋ ਬੰਦੇ ਬੁੱਢੀਆਂ ਨਾਰੇ ਮਾਰੋ ਫਿਰ ਅਸੀਂ ਪਾਕ ਪੱਤਣ ਫਿਰ ਤੁਸੀਂ ਪਾਕ ਪੱਤਣ ਆ ਗਏ ਹਾਂਜੀ ਪਾਕ ਪੱਤਣ ਅੱਛਾ ਇੱਥੇ ਰਾਤ ਰਹੇ ਉਹ ਫਿਰ ਗੱਡੀਆਂ ਵਾਲੇ ਕਹਿੰਦੇ ਸੀ ਵੀ ਜੀ ਜਿਨ੍ਹਾਂ ਨੇ ਲੌਟ ਜਾਣਾ ਚਲੋ ਬਈ ਜਿਹਨੇ ਮਕਾਨ ਜਾਣ ਮੈਨੂੰ ਕਰਾਏ ਅਸੀਂ ਲੌਟ ਅਸੀਂ ਚਲੇ ਗਏ ਅਗਰ ਲਾਹੌਰ ਜ਼ਿਲ੍ਹੇ 'ਚ ਚੂਣੀਆਂ ਕੋਲ ਅਸੀਂ ਚੂਣੀਆਂ ਦੀ ਠੀਕ ਹੈ ਉੱਥੇ ਅਸੀਂ ਚਲੇ ਗਏ ਸਾਡਾ ਜੀ ਇਸ ਹੈਗਾ ਸੀ 350-350 ਗੁੱਜਰ ਸੀ ਮਰੱਪੇ ਵਾਲੇ ਮੁਸਲਮਾਨ ਉੱਥੇ ਡੇਰਾ ਲਾ ਲਿਆ ਬਾਹਰ ਬੋੜਾ ਥਾਂ ਅੱਛਾ ਤੇ ਸਾਡੇ ਪਿੰਡ ਦਾ ਹੈਗਾ ਸੀ ਕੰਨ ਗੋਤ ਸਰਦਾਰੂ ਬੰਦਾ ਉਹ ਸਾਨੂੰ ਲੱਭਦਾ ਫਿਰਦਾ ਸੀ ਅੱਛਾ ਵੀ ਮੇਰੇ ਪਿੰਡ ਦੇ ਕਿੱਥੇ ਗਏ ਆ ਲੱਭਦਾ ਫਿਰ ਲੱਭਦਾ ਪਤਾ ਲੱਗਦਾ ਲੱਗਦਾ ਆ ਗਿਆ ਸਾਡੇ ਕੋਲ ਕਿ ਉਹ ਕਹਿੰਦੇ ਵੀ ਕੀ ਹਾਲ ਆ ਅੱਛਾ ਤੂੰ ਸਾਡਾ ਹਾਲ ਚਾਲ ਕੀ ਕੁਛ ਤਾਂ ਪਤਾ ਹੀ ਆ ਤੈਨੂੰ ਗੌਰਮੈਂਟ ਦਾ ਬੰਦਾ ਕਹਿੰਦੇ ਰੋਟੀ ਦਿਓ ਅੱਗੇ ਰੋਦ ਕੇ ਬੈਠੇ ਸੀ ਉਹ ਉਹਨਾਂ ਨੂੰ ਕਹਿੰਦੇ ਵੀ ਗੱਲਾਂ ਭੰਨੋ ਵੀ ਕਣਕ ਕੱਢੋ ਅਤੇ ਉਹ ਮਾਲ ਆ ਅਤੇ ਰੋਟੀ ਪਕਾਓ ਮੈਂ ਨਹੀਂ ਖਾਣੀ ਆ ਮੇਰੇ ਬੰਦਿਆਂ ਨੇ ਖਾਣੀ ਰੋਟੀ ਖਵਾ ਕੇ ਉਹ ਫਿਰ ਰੋਦ ਕੇ ਕਹਿੰਦਾ ਤੁਸੀਂ ਕਰੋ ਇਹ ਤਾਂ ਚਲੋ ਇਹ ਮੇਰੇ ਬੰਦੇ ਇਹਨਾਂ ਮਕਾਨਾਂ 'ਚ ਆ ਰਹੇ ਉਹਨਾਂ ਠਾ ਤੋ ਅਸੀਂ ਗੱਡੀਆਂ 'ਚ ਚਲੇ ਗਏ ਫਿਰ ਕਹਿੰਦਾ ਮੈਂ 8 ਦਿਨਾਂ ਨੂੰ ਆਊਂਗਾ ਅੱਠਾਂ ਜਿੱਦਾਂ ਵੀ ਤੁਸੀਂ ਸਾਰੋ 8 ਦਿਨਾਂ ਨੂੰ ਆ ਕੇ ਫਿਰ ਸਾਨੂੰ ਜ਼ਮੀਨ ਦਾ ਕਿੱਲਾ ਨਾ ਲਾ ਗਏ ਅੱਛਾ ਕਿੱਲਾ ਜੀ ਦੇ ਹਾਂਜੀ ਜਿੰਨੇ ਜੀ ਕਿੱਲਾ ਜੀ ਦੇ ਠੀਕ ਹੈ ਹਾਂ ਅਸੀਂ ਫਿਰ ਆਪ ਛੱਡ ਕੇ ਆ ਗਏ ਪੱਕੇ ਮਕਾਨ ਸੀ ਸਿੱਖਾਂ ਦੇ ਅਤੇ ਹੈ ਕੁਛ ਨਹੀਂ ਸੀ ਆਏ ਆਏ ਸੀ ਦਿਨ ਮੇਰੇ ਆਪ ਦੋ ਬੇਟੇ ਉੱਤੇ ਲਿਖੇ ਹੋਏ ਇੱਕ ਦਿਨ ਟੈਲਸ ਇੱਕ ਦਿਨ ਮੈਲਸ ਉਹ ਪੜ੍ਹੇ ਪੜ੍ਹ ਲੈਂਦੇ ਉਹ ਵੀ ਖੂਹ ਖਾ ਖਾਤੇ 'ਤੇ ਛੱਡ ਕੇ ਉਹ ਪੜ੍ਹ ਲਿਖੇ ਟੈਲ ਸਿਉਂ ਅਤੇ ਮਹਿਲ ਸਿਉਂ ਕਿੱਥੇ ਮਿਲੇ ਸਨ ਘਰ ਤੁਹਾਨੂੰ ਇਹਨਾਂ ਦੇ ਇਹ ਸਾਨੂੰ ਮਿਲੇ ਸੀ ਕੰਗਣਪੁਰ ਦੇ ਕੋਲ ਕੰਗਣਪੁਰ ਦੇ ਹਾਂ ਕੰਗਣਪੁਰ ਦਾ ਟੇਸ਼ਨ ਲਾਹੌਰ ਦੇ ਜ਼ਿਲ੍ਹੇ 'ਚ ਇਹ ਜ਼ਿਲ੍ਹਾ ਕਸੂਰ 'ਚ ਆਉਂਦਾ ਜੀ ਹਾਂਜੀ ਹੁਣ ਕਸੂਰ ਜ਼ਿਲ੍ਹੇ 'ਚ ਹਾਂਜੀ ਤਹਿਸੀਲ ਚੂਣੀਆਂ ਹਾਂ ਹਾਂ ਤਹਿਸੀਲ ਚੂਣੀਆਂ ਠੀਕ ਹੈ ਅਤੇ ਲੰਡਿਆਂ ਵਾਲੇ ਪਿੰਡ ਸੀ ਸਿੱਖਾਂ ਦਾ ਸੀ ਉਹਨਾਂ ਦੇ ਆਪਦੇ ਨਾਂ ਦਾ ਸੀ ਪਿੰਡ ਪਾਇਆ ਸੀ ਉਹ ਪਿੰਡ ਦਾ ਨਾਂ ਕੀ ਸੀ ਲੰਡਿਆਲੀ ਲੰਡਿਆਲੀ ਹਾਂ ਅਤੇ ਤ੍ਰਿਡਾ ਪਿੰਡ ਦੇ ਨਾਂ ਤ੍ਰਿਡਾ ਸੀ ਤ੍ਰਿਡਾ ਉੱਥੇ ਅਸੀਂ ਕਾਕਾ ਰਹਿ ਦੇ ਸਾਲ ਡੇਢ ਸਾਲ ਫਿਰ ਸਾਡੀ ਖਾਨਾ ਸੀ ਇੱਥੇ ਕਲਾਉਣੇ 'ਚ ਆਈ ਉਹ ਮੇਰੀ ਮਾਂ ਨੂੰ ਕਹੀ ਉਹ ਸਾਰਾ ਛੋੜ ਕੇ ਅਤੇ ਇੱਥੇ ਅਸੀਂ ਆ ਗਏ ਕਲਾਉਣੇ ਵਿੱਚ ਫਿਰ ਤੁਸੀਂ ਕਲਾਉਣੇ ਆ ਗਏ ਆਪਣੀ ਮਾਸੀ ਦੇ ਕਹਿਣ 'ਤੇ ਹਾਂ ਆਪਾਂ ਸਾਨੂੰ ਕੁਛ ਨਾ ਲੱਭਾ ਜ਼ਮੀਨ ਵੀ ਛੱਡਣ ਦੇ ਮਕਾਨ ਵੀ ਸਾਡੇ ਕੋਲ 15 ਮਰਲੇ ਜਗ੍ਹਾ ਸੀ ਪੱਕੇ ਸਿੱਖਾਂ ਦੇ ਵਿੱਚ ਖੂਹੀ ਲੱਗੀ ਪਿੱਪਲ ਲੱਗਾ ਹੈ ਇੱਧਰਲੇ ਪਾਸੇ ਗੁੱਜਰ ਸੀ ਅਤੇ ਇਸ ਪਾਸੇ ਅਸੀਂ ਸੀ ਨਸਾਰੀ ਦੋ ਤਿੰਨ ਘਰ ਜ਼ਿਆਦਾ ਸਾਨੂੰ ਆਇਆਂ ਨੂੰ 6 ਕੁ ਮਹੀਨੇ ਬੈਠੇ ਨਾ ਅਤੇ ਮੈਂ ਦੇਰ ਰਹਿਣ ਲੱਗੀ ਨਿੱਕੀ ਗੜੀ ਅਤੇ ਭੱਜੇ ਜਾਣ ਉੱਥੋਂ ਦੇ ਰਹਿਣ ਵਾਲੇ ਸਾਡੇ ਬੰਦੇ ਜਿਹੜੇ ਸੀ ਕਮਾਦ ਪਿਗੜਦੇ ਸੀ ਜ਼ਮੀਨ ਵੀ ਝੋਨਾ ਨਹੀਂ ਸੀ ਝਾੜਿਆ ਸਾਨੂੰ ਪਤਾ ਨਹੀਂ ਕਿੱਥੇ ਰੋਕਸਾ ਝੋਨੇ ਦੇ ਕਿਵੇਂ ਲੱਗਦੇ ਉਹ ਗੰਨੇ ਪੀਣ ਗਏ ਅਤੇ ਉਹ ਗੱਡੀ ਆਈ ਮੈਂ ਆਖਿਆ ਨਹੀਂ ਅੰਮੀ ਆਹ ਸਿੱਖ ਆ ਕੇ ਕਹਿੰਦੀ ਕਿੱਥੇ ਦਰਦਾ ਕਹਿੰਦੀ ਬੰਦੇ ਭੱਜੇ ਜਾਂਦੇ ਫਿਰ ਸਾਡਾ ਦਿਲ ਡਰੇ ਉਹ ਨਾ ਉਹ ਕਾਰ ਬਾਹਰ ਖੜ੍ਹੀ ਕਰਤੀ ਅਤੇ ਡਿਲੀਵਰੀ ਕਰਦਾ ਦੋ ਬੰਦੇ ਪੁਲਿਸ ਦੇ ਦੋ ਜਿਹਦੇ ਘਰ 'ਚ ਅਸੀਂ ਬੈਠੇ ਸੀ ਦੋਨੇ ਪਾਈ ਇੱਕ ਉਹਨਾਂ ਦੀ ਮਾਈ ਰਹਿੰਦੀ ਸੀ ਜੀ ਸਾਡੇ ਕੋਲ ਘੱਗਰੀ ਪਾਈ ਉਹਨੇ ਤੁੰਦੂਗੁਰ ਦੇ ਕੋਲ ਬਹਿ ਜਾਣਾ ਅਸੀਂ ਉਹਦੀ ਘੱਗਰੀ ਖਿੱਚਣੀ ਚੁਣੀ ਬੱਚੇ ਹੈਗੇ ਸੀ ਅੰਨੀਆਂ ਨੇ ਸਾਨੂੰ ਕੁੱਟਣਾ ਉਹ ਕਹਿੰਦੇ ਆ ਤੁਹਾਡੀ ਬਿਆਦਰੀ ਸੀ ਮੈਂ ਰੱਖ ਕਈ ਲਿਆ ਤਾ ਪਤਾ ਮਿਲੇ ਜੁਲੇ ਕਈ ਲਿਆਂਦੀ ਗਾਗਰਾਂ ਪੱਟ ਕੇ ਦੂਰ ਦੇ ਹੋ ਗਏ ਕੌਰ ਦੇ ਅੰਮਾ ਭੱਜੀ ਗਈ ਅੱਗੇ ਅੱਛਾ ਉਹਨਾਂ ਦਾ ਖਜ਼ਾਨਾ ਸੀ ਉਹ ਹਾਂ ਤੇ ਦੂਰ ਦੇ ਹੋ ਥੱਲੇ ਲੈ ਅੱਡੇ ਨਾਲ ਦਾਖਲਾ ਇਹ ਕਿਹੜੇ ਪਿੰਡੋਂ ਕੱਢ ਕੇ ਲੈ ਗਿਆ ਸੀ ਉੱਥੋਂ ਤ੍ਰਿਡਾ ਜਿਹੜਾ ਬਾਈ ਤ੍ਰਿਡਾ ਜਿਹੜੇ ਅਸੀਂ ਚੱਕ ਜਾਂ ਬੈਠੇ ਸੀ ਘਰ ਦੇ ਵਿੱਚ ਉਹਦੇ 'ਚ ਅੱਛਾ ਅੱਛਾ ਉਹ ਅਸੀਂ ਕਮਰਿਆਂ ਦੇ ਵਿੱਚ ਇਹ ਵੀ ਜ਼ਿਲ੍ਹਾ ਕਸੂਰ ਚੂਣੀਆਂ ਕੋਲ ਹੀ ਹਾਂਜੀ ਹਾਂ ਚੂਣੀ ਕੰਗਣਪੁਰ ਹਾਂ ਕੰਗਣਪੁਰ ਦਾ ਠੀਕ ਜਦੋਂ ਆਏ ਦੇਸੋਂ ਅਸੀਂ ਅੱਛਾ ਅੱਛਾ ਹਾਂ ਫਿਰ ਹੁਣ ਤੁਸੀਂ ਇੱਥੇ ਬੈਠੇ 19EB ਦੇ ਵਿੱਚ ਹਾਂਜੀ ਇੱਥੇ ਕਦੋਂ ਆਏ ਸੀ ਇੱਥੇ 6 ਰੁਪਈਏ ਕੇ ਅਸੀਂ ਜ਼ਿਆਦਾ ਆਏ ਤਰੇਵੀ 'ਚ ਰਹੇ 18 ਸਾਲ ਉਹਨਾਂ ਜੋੜਦੇ ਫਿਰ ਅਸੀਂ ਬਾਬਲ ਨਗਰ ਚਲੇ ਗਏ ਆਪਦੇ ਰਿਸ਼ਤੇਦਾਰਾਂ ਕੋਲ ਅਤੇ ਇੱਥੇ ਸਾਨੂੰ ਵਾਹਵਾ 'ਚ ਵਾਹਵਾ ਫਿਰ ਤੁਹਾਨੂੰ ਭੋਏ ਭਾਂਡਾ ਲੱਭ ਗਿਆ ਉਹ ਜਿਹੜਾ ਪਿੱਛੇ ਜਿੰਨਾ ਹੈ ਸੀ ਤੁਹਾਡਾ ਨਹੀਂ ਨਹੀਂ ਉੱਥੇ ਸਿੱਖਾਂ ਦੇ ਕੋਲ ਆ ਵਿਆਹੇ ਅਸੀਂ ਜਿਨ੍ਹਾਂ ਸਾਡੀਆਂ ਜਾਨਾਂ ਬਚਾਈਆਂ ਸੀ ਇੱਕ ਵਜੇ ਰਾਤ ਦੇ ਉਹਨਾਂ ਦਾ ਘਰ ਭਰਤਾ ਚੋਰੀ
ਜਿਹਦਾ ਸਗੋਂ ਸਾਨੂੰ ਜਾਨਾਂ ਬਚਾਈਆਂ। ਬਸ ਜੀ ਦੇਖੋ ਉਹ ਸੱਜਣ ਸਿਉਂ ਜਿਹੜਾ ਸੀ ਅੱਲਾ ਦਾ ਨੇਕ ਬੰਦਾ ਸੀ, ਜਿੱਥੇ ਇੰਨੇ ਮਰਨ ਵਾਲੇ ਸੀ ਉੱਥੇ ਵਿੱਚ ਅੱਲਾ ਦਾ ਉਹ ਨੇਕ ਬੰਦਾ ਵੀ ਸੀ ਜਿਹੜਾ ਤੁਹਾਨੂੰ 25 ਦਿਨ ਰੋਟੀ ਪਾਣੀ ਵੀ ਦਿੰਦਾ ਰਿਹਾ, ਉਹਦੇ ਘਰਾਂ ਵਾਲੀ ਨੇ ਤੁਹਾਨੂੰ ਆਪਣੇ ਤੂੜੀ ਵਾਲੇ ਕੋਠੇ 'ਚ ਲੁਕਾ ਕੇ ਵੀ ਰੱਖਿਆ। ਠੀਕ ਹੈ। ਅੱਛਾ ਅੰਮਾ ਜੀ ਇਹ ਦੱਸੋ ਕਦੇ ਆਪਣਾ ਪਿੰਡ ਵੇਖਣ ਨੂੰ ਦਿਲ ਕੀਤਾ ਕੌਣੀ ਵਾਪਸ ਜਾ ਕੇ? ਨਹੀਂ, ਹੁਣ ਕਿੱਥੇ ਜਾਣਾ ਬੱਚਾ, ਸਾਨੂੰ ਪਤਾ ਹੀ ਨਹੀਂ ਬਾਕੀ ਬੁਣੇ ਚ ਹੈਗੇ। ਸੁਪਨਾ ਆਇਆ ਕਦੇ ਉਸ ਪਿੰਡ ਦਾ? ਨਹੀਂ, ਆਉਂਦਾ ਤਾਂ ਹੈਗਾ ਤੇ ਪਾਰ ਖਿਆਲ ਨਹੀਂ, ਹੁਣ ਇੱਥੋਂ ਆਉਂਦਾ ਹੀ ਆ ਇੱਧਰ। ਜਦੋਂ ਹੁਣ ਉਹ ਵੇਲਾ ਯਾਦ ਆਉਂਦਾ ਹੈ? ਹਾਂ, ਬੜਾ ਦੂਰ ਰਾਤ ਨੂੰ ਕਦੇ ਪਿਆਂ ਪਿਆਂ ਵੀ ਵੇਲਾ ਯਾਦ ਆ ਜਾਂਦਾ? ਉਹ ਆ ਜਾਂਦਾ ਕਿਤੇ ਖੁਆਬ, ਜਿਹੜੇ ਭੈਣ ਭਰਾ ਬੂਹੇ ਨਾਲ ਵੱਸਦੇ, ਜਿਹੜੇ ਸ਼ਹੀਦ ਕਰਦੇ ਸਿੱਖਾਂ ਨਾਲ, ਕਦੇ ਖੁਆਬ ਚੱਕਰ ਪੈਂਦਾ। ਇਹ ਗੱਲਾਂ ਹੁਣ ਤੁਹਾਡੇ ਕੋਲੋਂ ਕੋਈ ਪੁੱਛਦਾ? ਹੁਣ ਵਾਲਾ ਪੋਸਟ ਜਿਹੜਾ ਹੁਣ ਵਾਲੀ ਪੀੜ੍ਹੀ ਤੁਹਾਡੇ ਕੋਲ ਪੁੱਛਦੇ ਨੇ, ਸੁਣਦੇ ਨੇ ਗੱਲਾਂ? ਹਾਂ ਸੁਣਦੇ ਆ, ਕਹਿੰਦੇ ਨੇ ਬੀਬੀ ਸਾਡੇ ਆਪਣੇ ਪਰਾਏ, ਤੁਸੀਂ ਹਿੰਦੁਸਤਾਨ ਦੀਆਂ ਵੱਡੇ ਬੰਦੇ, ਸਾਨੂੰ ਗੱਲਾਂ ਦੱਸੋ। ਮੈਂ ਬੱਚਾ ਦੁੱਖ ਜਿਹੀਆਂ ਗੱਲਾਂ ਤੁਸੀਂ ਕੀ ਸੁਣਦੇ? ਹਾਂ ਅਸੀਂ ਤਾਂ ਵੇਖੀਆਂ। ਅੰਮਾ ਜੀ ਤੁਹਾਡੀ ਕਹਾਣੀ ਬੜੀ ਦੁੱਖਾਂ ਭਰੀ ਹੈ, ਦੁੱਖਾਂ ਭਰੀ, ਬੜੀ ਦੁੱਖਾਂ ਭਰੀ ਕਹਾਣੀ ਹੈ, ਔਰ ਇਹਦੇ ਵਿੱਚ ਹੰਝੂ ਹੀ ਹੰਝੂ ਨੇ। ਹਾਂਜੀ, ਮੈਂ ਕੰਧ ਨਾਲ ਬਹਿ ਕੇ ਰੋਣ ਲੱਗ ਜਾਂਦੀ ਹੁਣ। ਅੰਮੀਆਂ ਤੂੰ ਕਿਉਂ ਸਿੱਟੀਆਂ ਮੈਨੂੰ ਵੀ ਸੇੜ ਦਿੰਦੀ, ਅੰਮੀਆਂ ਤੂੰ ਮਕਾਤੀਆਂ ਤੂੰ ਮੈਨੂੰ ਸੇੜ। ਮੈਂ ਇਕੱਲੀ ਰਹਿ ਗਈ, 6 ਭੈਣਾਂ ਸੀ। ਭੈਣਾਂ ਯਾਦ ਆਉਂਦੀਆਂ? ਭੈਣਾਂ ਯਾਦ ਆਉਂਦੀਆਂ, ਅੱਡੇ ਗੋਲੇ ਪੈ, ਅੰਮੀਆਂ ਮੈਨੂੰ ਸੇੜ ਦਿੰਦੀ, ਮੈਨੂੰ ਕੋਈ ਰੱਖਿਆ, ਮੈਂ ਮਰ ਜਾਂਦੀ ਡੁੱਬ ਜਾਂਦੀ। ਪਾਣੀ ਸੀ ਆ ਮੋਢੇ ਮੋਢੇ ਤੁਹਾਡੇ, ਥੋੜ੍ਹਾ ਸੀ ਪਾਣੀ, ਛੋਟਾ ਸੀ, ਬੰਦਾ ਡੁੱਬ ਕੇ ਮਰਦਾ। ਨਾਨੀ ਅੰਮਾ ਨਿਕਲਿਆ ਵਾਪਸ ਆ ਗਈ ਚੱਕ 'ਚ। 6 ਭੈਣਾਂ ਸੀ ਤੁਸੀਂ? ਹਾਂਜੀ 6 ਸੀ, 5 ਉੱਧਰ ਰਹਿ ਗਈਆਂ। ਹਾਂਜੀ, ਇੱਕ ਇੱਧਰ ਆ ਕੇ ਫੌਤ ਹੋਈ ਆ ਭੈਣ ਇੱਡੀ ਮੇਰੀ, ਦੂਜੀਆਂ ਉੱਧਰ ਫੌਤ, ਇੱਕ ਭਾਈ ਉੱਧਰ ਫੌਤ ਹੋਇਆ ਮੇਰੇ ਵੱਡਾ ਉੱਪਰਲਾ ਵੱਡਾ ਮੇਰੇ। ਹਾਂ ਬੜੀ ਦੁਖੀ ਦੁਖੀ, ਸਾਡੇ ਸਾਰੇ ਜਿਹੜਾ ਖਾਨਦਾਨ ਵੀ ਰਿਹਾ ਦੁਖੀ ਆਇਆ। ਲਓ ਜੀ ਮੇਰੇ ਸੁਣਨ ਵਾਲਿਓ, ਮੇਰੇ ਵੇਖਣ ਵਾਲਿਓ, ਅੱਜ ਪੰਜਾਬ ਦੇ ਹਾਲਾਤਾਂ ਬਾਰੇ 1947 ਦੀ ਇੱਕ ਹੋਰ ਕਹਾਣੀ ਅਸੀਂ ਸੁਣੀ। 1947 ਵਿੱਚ ਕੀ ਕੁਝ ਬੀਤਿਆ ਉਹ ਸਾਨੂੰ ਅੰਮਾ ਜੀ ਨੇ ਦੱਸਿਆ ਤੇ ਰੂਹ ਇੱਕ ਵਾਰੀ ਫਿਰ ਫੱਟੜ ਜੀ ਹੋ ਗਈ। ਔਰ ਇਹਨਾਂ ਦੇ ਚਾਚੇ ਦੇ ਪੁੱਤਰ ਸ਼ੇਰ ਮੁਹੰਮਦ ਤੇ ਅੱਲਾ ਦਿੱਤਾ ਉੱਥੇ ਰਹਿ ਗਏ ਸਨ ਪਿੰਡ ਕੌਣੀ ਦੇ ਵਿੱਚ, ਉੱਥੋਂ ਦੇ ਨੰਬਰਦਾਰ ਨੇ ਉਸ ਵੇਲੇ ਉਹਨਾਂ ਨੂੰ ਰੱਖ ਲਿਆ ਸੀ, ਛਾਪਾ ਮਾਰ ਲਿਆ। ਅਗਰ ਅੱਜ ਵੀ ਉਹ ਜਿਉਂਦੇ ਹੋਣ ਤੇ ਅੰਮਾ ਜੀ ਦਾ ਰਾਬਤਾ ਉਹਨਾਂ ਨਾਲ ਕਰਵਾਇਆ ਜਾਏ, ਜਾਂ ਉਹਨਾਂ ਦੀ ਆਲ ਔਲਾਦ ਜਿਉਂਦੀ ਹੈ, ਤੇ ਸਾਡੇ ਚੈਨਲ ਦੇ ਇਸ ਵੀਡੀਓ ਤੇ ਤੁਸੀਂ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ। ਤੇ ਮੈਂ ਇਸ ਕਹਾਣੀ ਦੇ ਰਿਕਾਰਡ ਕਰਵਾਉਣ ਪਰੋਂ ਬਹੁਤ ਸ਼ੁਕਰਗੁਜ਼ਾਰ ਹਾਂ ਜਨਾਬ ਵੀਰ ਮੁਹੰਮਦ ਉਸਮਾਨ ਰਾਮੇ ਦਾ, ਜਿਹੜੇ ਕਿ 19 EB ਦੇ ਰਹਿਣ ਵਾਲੇ ਨੇ ਮੇਰੇ ਵੀਰ। ਉਹਨਾਂ ਨੇ ਇੱਕ ਬੜੀ ਵੱਡੀ ਕਹਾਣੀ ਸਾਡੇ ਤੱਕ ਅਪੜਾਈ ਹੈ। ਅਤੇ ਮੇਰੇ ਵੀਰ ਮੁਹੰਮਦ ਅਕਬਰ ਗੁੱਜਰ, ਜਿਹੜੇ ਕਿ ਸਾਡੇ ਈਵੈਂਟ ਮੈਨੇਜਰ ਨੇ, ਜਿਹੜੇ ਸਾਰੀ ਕਹਾਣੀਆਂ ਪਰੋਂ ਮੈਨੂੰ ਬਲਕਿ ਲੈ ਕੇ ਆਉਂਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਤੁਹਾਡੇ ਸਾਰਿਆਂ ਤੋਂ ਮੈਂ ਉਮੀਦ ਰੱਖਾਂਗਾ ਕਿ ਇਹ ਕਹਾਣੀ ਜਿੱਥੇ ਜਿੱਥੇ ਪੰਜਾਬੀ ਸੁਣਨ ਵਾਲੇ ਸਮਝਣ ਵਾਲੇ ਬੈਠੇ ਨੇ, ਇਹ ਕਹਾਣੀ ਉੱਥੋਂ ਤੱਕ ਅਪੜਨੀ ਚਾਹੀਦੀ ਹੈ, ਤਾਂ ਕਿ 47 'ਚ ਜੋ ਹੋਇਆ, ਜੋ ਲੋਕਾਂ ਨੇ ਦੁੱਖ ਦੇਖੇ, ਹਿਜਰਤ ਦੇ ਜੋ ਦੁੱਖ ਸਨ, ਜੋ ਉਹਨਾਂ ਫਸਾਦਾਂ ਦੇ ਦੁੱਖ ਸਨ, ਜੋ ਪੀੜਾਂ ਸਨ, ਉਹ ਅੱਜ ਵੀ ਜਾਗਦੀਆਂ। ਅੱਜ ਵੀ ਅੰਮਾ ਯਾਦ ਕਰਕੇ ਕੰਧ ਨਾਲ ਬਹਿ ਕੇ ਰੋਂਦੀ ਆ ਤੇ ਕਹਿੰਦੀ ਆ, ਨੀ ਮੈਂ ਮੇਰੀਆਂ ਭੈਣਾਂ ਤਰ੍ਹਾਂ ਮੈਨੂੰ ਵੀ ਤੂੰ ਨਹਿਰ ਦੇ ਵਿੱਚ ਛੱਡ ਦੇਣਾ ਸੀ। ਜਿਸ ਵੇਲੇ ਭੈਣਾਂ ਯਾਦ ਆਉਂਦੀਆਂ ਨੇ, ਦੁੱਖ ਕਾਬੂ ਤੋਂ ਬਾਹਰ ਹੋ ਜਾਂਦੇ ਨੇ। ਇਹ ਕਹਾਣੀਆਂ ਇੱਕ ਨਹੀਂ ਹੈ, ਇਹ ਦਰਜਨਾਂ, ਇਹ ਸੈਂਕੜਿਆਂ, ਇਹ ਹਜ਼ਾਰਾਂ, ਇਹ ਲੱਖਾਂ ਕਹਾਣੀਆਂ ਨੇ। ਕਿੰਨੀਆਂ ਕੁ ਅਸੀਂ ਤੁਹਾਡੇ ਤੱਕ ਅਪੜਾਈਏ ਤੇ ਕਿੰਨੀਆਂ ਕੁ ਤੁਸੀਂ ਸੁਣੋਗੇ? ਆਪਣੀ ਬੇਲੀ ਖਿਆਮ ਚੌਣ ਨੂੰ ਦਿਓ ਇਜਾਜ਼ਤਾਂ, ਰਹੀ ਹਯਾਤੀ ਫਿਰ ਮਿਲਾਂਗੇ, ਰਹੀ ਹਯਾਤੀ ਫਿਰ ਮਿਲਾਂਗੇ, ਕੁਝ ਪੁੱਛਾਂ ਕੁਝ ਦੱਸਾਂਗੇ, ਦੁੱਖ ਸੁੱਖ ਸਾਰੇ ਸਾਂਝੇ ਆਪਣੇ, ਮਿਲ ਕੇ ਰੋਵਾਂ ਹੱਸਾਂਗੇ, ਰਹੀ ਹਯਾਤੀ ਫਿਰ ਮਿਲਾਂਗੇ। ਅੱਲਾ ਸੋਹਣੇ ਦੇ ਹਵਾਲੇ।